ਥੀਏਟਰ ਆਪਣੀ ਜਗ੍ਹਾ, ਸਿੰਗਿੰਗ ਅਲੱਗ ਜਗ੍ਹਾ, ਸਿੰਗਰ ਬਣਨਾ ਵੀ ਕੋਈ ਛੋਟੀ ਖੇਡ ਤਾਂ ਹੈ। ਕਈ ਜਣਿਆਂ ਦੇ ਸੁਪਨੇ ਸਾਕਾਰ ਕਰਨ 'ਚ ਵੀ ਥੋੜ੍ਹਾ ਬਹੁਤ ਸਾਡੀ ਭੂਮਿਕਾ ਬਣ ਜਾਂਦੀ ਹੈ। ਆਪੇ ਮਾਲਕ ਮਿਹਰ ਕਰੂਗਾ ਨੀਤਾ ਨੂੰ ਮੁਰਾਦਾਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰਾ ਲਾਈਨ ਪ੍ਰੋਡਿਊਸਰ ਦਾ ਐਗਰੀਮੈਂਟ ਬਣਾ ਦਿਓ, ਅਤੇ ਉਹ ਹੱਸਣ ਲੱਗੇ। ਜ਼ਿੰਦਗੀ ਦਾ ਗ੍ਰਾਫ ਆ ਉਹ ਐਂ ਜੇ ਚੱਲਦਾ, ਕਦੇ ਨੀਵਾਂ ਜਾਂਦਾ ਅਤੇ ਕਦੇ ਤਾਹਾਂ ਚੜ੍ਹ ਜਾਂਦਾ। ਆਪਣੀ ਲਾਈਨ 'ਚ ਮਸ਼ਹੂਰੀ ਵਗੈਰਾ ਜ਼ਿਆਦਾ ਜਲਦੀ ਮਿਲ ਜਾਂਦੀ ਹੈ, ਮੈਨੂੰ ਲੱਗਦਾ ਫੇਮ। ਮੈਂ ਅਕਸਰ ਕਹਿੰਦਾ ਹੁੰਦਾ, ਜਦੋਂ ਇੱਕ ਗੀਤ ਲਿਖਿਆ ਸੋਹਣਾ ਗਿਆ ਤਾਂ ਉਹਦਾ ਵੀਡੀਓ ਵੀ ਸੋਹਣਾ ਹੋਜੂ, ਉਹ ਗਾਇਆ ਵੀ ਸੋਹਣਾ ਜਾਊ, ਮਿਊਜ਼ਿਕ ਸੋਹਣਾ ਹੋਜੂਗਾ। ਬੰਦਾ ਜਿੰਨਾ ਵੱਡਾ ਹੁੰਦਾ ਉਨੀਆਂ ਔਕੜਾਂ ਵੀ ਉੱਡੀਆਂ ਵੱਡੀਆਂ ਹੋ ਕੇ ਆਉਂਦੀਆਂ ਨੇਗੀਆਂ। ਹੌਲੀ ਹੌਲੀ ਲੋਕਾਂ ਨੇ ਆਪਣੇ ਤਖਤੇ ਪੱਟਣੇ ਸ਼ੁਰੂ ਕਰ ਦਿੱਤੇ। ਸੋ ਲਓ ਜੀ, ਅੱਜ ਆਪਾਂ ਪਹੁੰਚ ਚੁੱਕੇ ਹਾਂ ਥੀਏਟਰ ਆਰਮੀ ਪ੍ਰੋਡਕਸ਼ਨ ਹਾਊਸ, ਯਾਨੀ ਕਿ ਗੱਬਰ ਸੰਗਰੂਰ ਬਾਈ ਦੇ ਘਰੇ। ਉਹਦੇ ਨਾਲ ਗੱਲਾਂ ਬਾਤਾਂ ਕਰ, ਅੱਜ ਫਿਰ ਚੱਲੀਏ, ਮਿਲਦੇ ਹਾਂ ਗੱਬਰ ਸੰਗਰੂਰ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਅਤੇ ਤੁਸੀਂ ਪੰਜਾਬੀ ਐਡੀਸ਼ਨ ਦੇਖ ਰਹੇ ਹੋ ਜੀ। ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਆਪਣੀ ਕੋਸ਼ਿਸ਼ ਹੈ ਜੀ ਕਿ ਹਮੇਸ਼ਾ ਤੁਸੀਂ ਉਹਨਾਂ ਹੀਰੋਆਂ ਨੂੰ ਜਾਂ ਐਕਟਰਾਂ ਨੂੰ ਸਾਡੇ ਚੈਨਲ 'ਤੇ ਦੇਖਦੇ ਹੋ ਜੋ ਪਰਦੇ ਦੇ ਅੱਗੇ ਕੰਮ ਕਰਦੇ ਨੇ, ਪਰ ਅਸੀਂ ਉਹਨਾਂ ਹੀਰੋਆਂ ਨੂੰ ਤੁਹਾਡੇ ਹੁਣ ਰੂਬਰੂ ਕਰਦੇ ਹਾਂ, ਉਹਨਾਂ ਇਨਸਾਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਆਪਾਂ, ਜਿਹੜੇ ਪਰਦੇ ਦੇ ਪਿੱਛੇ ਦੇ ਹੀਰੋ ਨੇ, ਜਿਨ੍ਹਾਂ ਦੀ ਬਦੌਲਤ ਸਾਡੇ ਉਹ ਹੀਰੋ ਅੱਗੇ ਆਉਂਦੇ ਨੇ ਜਿਹੜੇ ਸਾਨੂੰ ਦਿਖਾਈ ਦੇ ਜਾਂਦੇ ਨੇ, ਪਰ ਉਹ ਹੀਰੋ ਕਦੇ ਅੱਗੇ ਨਹੀਂ ਆਉਂਦੇ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਉਹਨਾਂ ਹੀਰੋਆਂ ਨੂੰ ਅੱਗੇ ਲਿਆਉਣ ਦੇ ਵਿੱਚ ਆਪਣੀ ਜਿੰਦ ਜਾਨ ਲਾ ਦਿੰਦੇ ਨੇ। ਸੋ ਅੱਜ ਇੱਦਾਂ ਦਾ ਹੀ ਮੇਰਾ ਇੱਕ ਵੱਡਾ ਵੀਰ ਮੇਰੇ ਨਾਲ ਹੈ ਜੀ, ਜਿਹਨੂੰ ਤੁਸੀਂ ਸਾਰੇ ਜਾਣਦੇ ਹੋ, ਪਹਿਚਾਣਦੇ ਵੀ ਹੋ। ਮੇਰੇ ਨਾਲ ਹੈ ਵੀਰਾ ਗੱਬਰ ਸੰਗਰੂਰ। ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਂ ਗੱਬਰ ਸੰਗਰੂਰ, ਜਾਂ ਥੀਏਟਰ ਆਰਮੀ ਫਿਲਮਸ ਦਾ ਨਾਮ ਕੋਈ ਕਹਿ ਲਓ ਕਿ ਜਾਣ ਪਹਿਚਾਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਰੀਸੈਂਟਲੀ ਗੈਂਗਲੈਂਡ ਤੁਹਾਨੂੰ ਪਤਾ ਹੀ ਹੈ ਜੀ, ਅਤੇ ਗੈਂਗਲੈਂਡ ਇਨ ਮਦਰਲੈਂਡ, ਅਤੇ ਜਿਸ ਇਨਸਾਨ ਨੇ ਉਹ ਬਣਾਈ ਹੈ ਉਹ ਮੇਰੇ ਨਾਲ, ਯਾਨੀ ਕਿ ਬਾਈ ਗੱਬਰ ਸੰਗਰੂਰ ਬੈਠੇ ਆ। ਸੋ ਗੈਂਗਲੈਂਡ ਦੇ ਨਾਲ ਜੁੜੀਆਂ ਗੱਲਾਂ, ਅਤੇ ਰੀਸੈਂਟਲੀ ਬਾਈ ਦਾ ਵਿਆਹ ਵੀ ਹੋਇਆ, ਵਧਾਈਆਂ ਦੇ ਦੀਏ ਆਪਾਂ, ਅਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਹਨਾਂ ਦੀ ਲਾਈਫ ਦੀਆਂ ਗੱਲਾਂ ਡਿਸਕਸ ਕਰਨੀਆਂ ਨੇ। ਵੀਰੇ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਬਾਈ। ਅਤੇ ਗੱਬਰ ਬਾਈ, ਪਹਿਲਾ ਸਵਾਲ ਇਹੀ ਆ ਵੀ ਇਹ ਸਫ਼ਰ ਹੈ ਜਿਹੜਾ, ਇਹ ਸ਼ੁਰੂ ਕਿੱਥੋਂ ਹੋਇਆ, ਮਤਲਬ ਕਿਵੇਂ ਗੱਬਰ ਬਾਈ ਫਿਲਮਾਂ ਦੇ ਨਾਲ ਜੁੜੇ ਐਜ਼ ਅ ਲਾਈਨ ਪ੍ਰੋਡਿਊਸਰ? ਪਤਾ ਨਹੀਂ ਕਿੰਨੀਆਂ ਫਿਲਮਾਂ ਤੁਸੀਂ ਕਰ ਚੁੱਕੇ ਹੋ, ਪਹਿਲੀ ਫਿਲਮ ਕਿਹੜੀ ਸੀ ਅਤੇ ਕਿਵੇਂ ਇੰਟਰਸਟ ਬਣਿਆ ਬਾਈ ਦਾ ਕਿ ਇੱਧਰ ਨੂੰ ਜਾਣਾ? ਬੇਸਿਕਲੀ ਮੈਨੂੰ ਲੱਗਦਾ ਵੀਰੇ, ਬਿਜ਼ਨਸ ਲਈ ਜਾਂ ਹੋਰ ਕੰਮਾਂ ਲਈ ਹੋਰ ਬਥੇਰੇ ਫੀਲਡ ਹੈਗੇ ਨੇ, ਸਾਰੇ ਰੈਪੂਟੇਟਡ ਨੇ, ਹਰ ਕੰਮ ਆਪਦੇ ਆਪ 'ਚ ਬਹੁਤ ਵਧੀਆ ਅਤੇ ਕਿੱਤੇ ਨੇ, ਇਹ ਵੀ ਇੱਕ ਕਿੱਤਾ, ਇੱਕ ਬਿਜ਼ਨਸ ਵੀ ਹੈ। ਪਰ ਮੈਨੂੰ ਲੱਗਦਾ ਫਿਰ ਵੀ ਜਿਹੜਾ ਇਸ ਲਾਈਨ 'ਚ ਆਉਂਦਾ, ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਉਹਦਾ ਇੰਟਰਸਟ ਹੁੰਦਾ ਇਸ ਲਾਈਨ ਵੱਲ, ਇੱਕ ਕਰੇਜ਼ ਹੁੰਦਾ। ਵੈਸੇ ਆਪਣੀ ਲਾਈਨ 'ਚ ਮਸ਼ਹੂਰੀ ਵਗੈਰਾ ਜ਼ਿਆਦਾ ਜਲਦੀ ਮਿਲ ਜਾਂਦੀ ਹੈ, ਮੈਨੂੰ ਲੱਗਦਾ ਫੇਮ ਸਟਰਗਲ ਵੀ ਬਹੁਤ ਹੈ, ਬਟ ਜਦੋਂ ਬੰਦੇ ਨੂੰ ਕੁਛ ਇਹ ਫਲ ਮਿਲਣ ਲੱਗ ਜਾਂਦਾ, ਪਰਮਾਤਮਾ ਜਦੋਂ ਮਿਹਰ ਕਰਦਾ, ਫਿਰ ਸਭ ਕੁਛ ਬਾਰੇ ਨਿਆਰਾ ਹੀ ਨੇਗੇ। ਅਤੇ ਇਸ ਲਾਈਨ ਦੀ ਚੇਟਕ ਹਰ ਇੱਕ ਨੂੰ ਮੈਨੂੰ ਲੱਗਦਾ ਛੋਟੇ ਹੁੰਦੇ ਤੋਂ ਹੀ ਹੁੰਦੀ ਆ, ਅਤੇ ਮੈਨੂੰ ਵੀ ਕਿਤੇ ਨਾ ਕਿਤੇ ਛੋਟੇ ਹੁੰਦੇ, ਜਿਵੇਂ ਸਕੂਲ ਦੀਆਂ ਸਟੇਜਾਂ 'ਤੇ ਉਦੋਂ ਸ਼ਨੀਵਾਰ ਵਾਲੇ ਦਿਨ ਜਿਵੇਂ ਉਹ ਟੋਫੀ ਜੀ ਦਿੰਦੇ ਹੁੰਦੇ ਸੀ ਸਟੇਜ 'ਤੇ, ਕੋਈ ਕਹਾਣੀ ਚੁਟਕਲਾ ਜਿਹਾ ਸੁਣਾਉਣਾ ਹੁੰਦਾ ਸੀਗਾ। ਉਦੋਂ ਬਾਅਦ 'ਚ ਫਿਰ ਇੱਕ ਰਾਮਲੀਲਾ ਵਾਲਾ ਦੌਰ ਆਇਆ, ਉਸ ਤੋਂ ਬਾਅਦ ਸੈਮੁਅਲ ਜੌਨ ਭਾਜੀ ਲਹਿਰੇਗਾ ਕੇ ਥੀਏਟਰ ਕਰਨ ਲੱਗੇ, ਫਿਰ ਉਹਨਾਂ ਦੇ ਅੰਡਰ ਭਾਜੀ ਦੇ ਕਾਫੀ ਸਾਲ ਪਲੇਸ ਵਗੈਰਾ ਪਲੱਸ ਟੂ ਤੋਂ ਬਾਅਦ ਕਰਨ ਲੱਗ ਗਏ ਸੀਗੇ, ਫਿਰ ਐਮ ਏ ਥੀਏਟਰ ਅਤੇ ਮਸਤੂਆਣਾ ਸਾਹਿਬ ਤੋਂ ਬਾਅਦ ਇੱਥੇ ਜਦੋਂ ਚੰਡੀਗੜ੍ਹ ਆ ਗਏ ਤਾਂ ਬਸ ਇਸ ਲਾਈਨ 'ਚ ਹੌਲੀ ਹੌਲੀ ਆਪੇ ਹੀ ਰਾਹ ਬਣ ਗਏ। ਆਪੇ ਇਨ ਦਾ ਸੈਂਸ, ਜਦੋਂ ਤੁਹਾਡਾ ਕਿਸੇ ਚੀਜ਼ ਵੱਲ ਇੰਟਰਸਟ ਹੁੰਦਾ ਤਾਂ ਫਿਰ ਤੁਸੀਂ ਉਸ ਦਾ ਕੋਈ ਨਾ ਕੋਈ ਰਾਹ ਲੱਭ ਲੈਂਦੇ ਹੋ। ਕਿਹੜੇ ਸਾਲ ਗੱਬਰ ਸੰਗਰੂਰ ਚੰਡੀਗੜ੍ਹ 'ਚ ਆਏ? 2005-06 'ਚ ਆਏ ਸੀਗੇ ਸ਼ਾਇਦ। ਅਤੇ ਕੀ ਥੋਟ ਲੈ ਕੇ ਆਏ ਸੀ, ਕੀ ਸੋਚ ਲੈ ਕੇ ਤੁਸੀਂ ਆਏ ਸੀ, ਕੀ ਉਸ ਟਾਈਮ ਦਿਮਾਗ 'ਚ ਚੱਲਦਾ ਸੀ? ਕਿਉਂਕਿ ਉਸ ਟਾਈਮ ਸਾਡੀ ਕੋਈ ਇੰਡਸਟਰੀ ਬਹੁਤੀ ਵੱਡੀ ਨਹੀਂ ਸੀ, ਮਿਊਜ਼ਿਕ ਇੰਡਸਟਰੀ ਚੱਲ ਰਹੀ ਸੀ, ਉਹ ਵੀ ਸਹਿੰਦੇ, ਉਹ 'ਚ ਵੀ ਕੋਈ ਵੱਡਾ ਬੂਮ ਨਹੀਂ ਸੀ, ਤਾਂ ਉਸ ਟਾਈਮ ਗੱਬਰ ਸੰਗਰੂਰ ਦੀ ਸੋਚ ਕੀ ਸੀ? ਉਸ ਟਾਈਮ ਸਮਾਂ ਤਾਂ ਉਹੀ ਸੀਗਾ ਵੀ ਇਸ ਲਾਈਨ 'ਚ ਵੀ ਹੁੰਦਾ ਕਰੇਜ਼ ਵੀ ਯਾਰ ਟੀਵੀ 'ਚ ਆਉਣਾ ਜਾਂ ਟੀਵੀ ਵੱਲ ਜਾਣਾ, ਅਤੇ ਗਾਣੇ ਹੀ ਚੱਲਿਆ ਕਰਦੇ ਸੀ ਜ਼ਿਆਦਾ। ਆਪਾਂ ਵੀ ਉਦੋਂ ਜੇ ਆਪਾਂ ਕਹਿ ਦਈਏ ਗਾਣੇ ਵੇਖ ਵੇਖ ਕੇ, ਉਹਦੇ ਮਾਡਲਸ ਦੇਖ ਦੇਖ ਕੇ, ਉਹੀ ਮਤਲਬ ਉਦੋਂ ਕਿਉਂਕਿ ਫਿਲਮਾਂ ਹੈ ਹੀ ਨਹੀਂ ਸੀ, ਪੰਜਾਬੀ ਫਿਲਮਾਂ ਟਾਵੀਆਂ ਟਾਵੀਆਂ ਆਉਂਦੀਆਂ ਸੀਗੀਆਂ, ਤਾਂ ਫਿਰ ਗਾਣਿਆਂ ਦੇ ਮਾਡਲ ਹੀ ਐਂ ਲੱਗਦਾ ਹੁੰਦਾ ਬਈ ਆਹ ਐਕਟਰ ਹੀ ਲੱਗਦੇ ਸੀ ਜਾਂ ਸਾਰਾ ਕੁਛ ਉਹੀ ਹੁੰਦਾ ਸੀਗਾ, ਤਾਂ ਵੱਡੀ ਤੋਂ ਵੱਡੀ ਸੋਚ ਇਹੀ ਹੁੰਦੀ ਸੀ ਵੀ ਯਾਰ ਬਸ ਗਾਣੇ ਹੀ ਸੋਚ ਕੇ ਆਏ ਸੀਗੇ ਇੱਥੇ। ਅਤੇ ਜਦੋਂ ਫਿਰ ਮਾਲਕ ਨੀਤਾ ਨੂੰ ਮੁਰਾਦਾਂ, ਮੈਂ ਅਕਸਰ ਇੱਕ ਕਹਿੰਦਾ ਹੁੰਦਾ ਵੀ ਸਾਫ਼ ਦਿਲ ਸਾਫ਼ ਹਿਰਦੇ ਨਾਲ ਤੁਰੀ ਜਾਓ,
ਆਪੇ ਮਾਲਕ ਮਿਹਰ ਕਰੂਗਾ, ਨੀਤਾਂ ਨੂੰ ਮੁਰਾਦਾਂ ਆਪੇ ਭਾਗ ਲੱਗ ਜਾਂਦੇ ਨੇਗੇ ਗਾਣਿਆਂ ਤੋਂ ਕਦੋਂ ਹੈ ਨਾ, ਵੀ ਜਦੋਂ ਮੇਰੇ ਯਾਦ ਆ ਉਦੋਂ ਬੀ ਐਡ ਵਗੈਰਾ ਦੇ ਐਗਜ਼ਾਮ ਵਗੈਰਾ ਹੋਏ, ਕਿਉਂਕਿ ਘਰ ਦੇ ਜ਼ਿਆਦਾਤਰ ਸਾਰੇ ਅਧਿਆਪਕ ਕਿੱਤੇ ਨਾਲ ਸੰਬੰਧਿਤ ਨੇ, ਤਾਂ ਉਹਨਾਂ ਨੂੰ ਸੀਗਾ ਵੀ ਤੁਸੀਂ ਵੀ ਯਾਰ ਸੇਫ ਜਿਹਾ ਕੰਮ ਹੀ ਕਰ ਲਓ, ਵੀ ਆਪਣਾ ਇਸ ਫੀਲਡ 'ਚ ਕੋਈ ਨਹੀਂ ਅਤੇ, ਪਰ ਪਰਮਾਤਮਾ ਨੇ ਅੱਜ ਉਸ ਜਗ੍ਹਾ 'ਤੇ ਪੰਚਾਹ 'ਤੇ ਕਹਿ ਦਿਓ ਜਾਂ ਇਹੋ ਜਿਹੀ ਥਾਂ 'ਤੇ ਬੈਠੇ ਹਾਂ ਜਿੱਥੇ ਕਾਸਟਿੰਗ ਦੇ ਥਰੂ ਹੈ ਨਾ ਵੀ ਬਹੁਤ ਜਣਿਆਂ ਨੂੰ, ਕਈ ਜਣਿਆਂ ਦੇ ਸੁਪਨੇ ਸਾਕਾਰ ਕਰਨ 'ਚ ਵੀ ਥੋੜ੍ਹਾ ਬਹੁਤ ਸਾਡੀ ਭੂਮਿਕਾ ਬਣ ਜਾਂਦੀ ਹੈ, ਤਾਂ ਉਦੋਂ ਖੁਸ਼ੀ ਵੀ ਹੁੰਦੀ ਹੈ ਜਦੋਂ ਕੋਈ ਆਪਣਾ ਕਾਸਟ ਕੀਤਾ ਬੰਦਾ ਵੱਡੇ ਪਰਦੇ 'ਤੇ ਦੇਖੀਦਾ ਜਾਂ ਕਿਤੇ ਹੋਰ ਦੇਖੀਦਾ। ਅਤੇ ਬਾਈ ਪਹਿਲੀ ਫਿਲਮ ਕਿਹੜੀ ਕੀਤੀ, ਕਿਹੜੀ ਫਿਲਮ ਨਾਲ ਗੱਬਰ ਦਾ ਪਹਿਲਾਂ ਨਾਂ ਜੁੜਿਆ ਅਤੇ ਕਦੋਂ ਗੱਬਰ ਨੂੰ ਸੰਤੁਸ਼ਟੀ ਜੀ ਹੋਈ ਵੀ ਯਾਰ ਸਵਾਦ ਆ ਗਿਆ ਇੱਥੇ ਨਾਲ ਆਹ ਕੰਮ ਕਰਕੇ, ਨਜ਼ਾਰਾ ਆ ਗਿਆ ਹੁਣ ਮੈਨੂੰ ਖੁਸ਼ੀ ਹੋਈ? ਫਿਲਮ ਸਭ ਤੋਂ ਪਹਿਲਾਂ ਤਾਂ ਰਾਜ ਬਰਾੜ ਬਾਈ ਹੋਰਾਂ ਦੀ ਜਵਾਨੀ ਜਿੰਦਾਬਾਦ, ਹਰਿੰਦਰ ਗਿੱਲ ਭਾਅ ਜੀ ਜਿਵੇਂ ਡਾਇਰੈਕਟਰ ਸਾਹਿਬ ਸੀਗੇ ਉਹਨਾਂ ਦੇ ਅੰਡਰ ਐਜ਼ ਐਨ ਅਸਿਸਟੈਂਟ ਡਾਇਰੈਕਟਰ ਜੁੜੇ ਸੀ, ਇੱਕ ਦੋ ਹੋਰ ਫਿਲਮਾਂ ਉਹਨਾਂ ਦੌਰ 'ਚ ਕੀਤੀਆਂ। ਉਸ ਤੋਂ ਬਾਅਦ ਇੱਕ ਹਾਲੀਵੁੱਡ ਫਿਲਮ ਸੀ ਵੈਸਟ ਇਜ਼ ਵੈਸਟ, ਤਾਂ ਵੈਸਟ ਇਜ਼ ਵੈਸਟ ਦੇ ਇੱਦਾਂ ਹੀ ਕੀ ਕਹਿੰਦੇ ਨੇ ਕਾਸਟਿੰਗ ਕਰਨ ਦਾ ਮੌਕਾ ਮਿਲਿਆ, ਤਾਂ ਬੰਬੇ ਤੋਂ ਕੋਈ ਆਏ ਹੋਏ ਸੀਗੇ, ਮੇਰੇ ਕਿਸੇ ਮਿੱਤਰ ਦਾ ਫੋਨ ਆਇਆ ਮੈਨੂੰ ਵੀ ਯਾਰ ਇੱਦਾਂ ਕਰਕੇ ਉਹਨਾਂ ਨੂੰ ਐਕਟਰ ਚਾਹੀਦਾ, ਆਪਾਂ ਉਹਨਾਂ ਨਾਲ ਜੁੜ ਗਏ ਅਤੇ ਫਿਰ ਉਹਨਾਂ ਨੂੰ ਹੌਲੀ ਹੌਲੀ ਕੁਛ ਕੁ ਲੋਕੇਸ਼ਨਸ ਵਗੈਰਾ 'ਚ ਦਿੱਕਤਾਂ ਆ ਰਹੀਆਂ ਸੀਗੀਆਂ, ਆਪਾਂ ਉਹ ਲਭਵਾ ਵੀ ਦਿੱਤੀਆਂ, ਦੋ ਕੁ ਛੋਟੇ ਮੋਟੇ ਜੋ ਲਿੰਕ ਵਿੰਕ ਸੀਗੇ ਫੋਨ ਫਾਨ ਕਰਾ ਕੇ ਉਹਨਾਂ ਦੇ ਮਸਲੇ ਜੇ ਹੱਲ ਕਰਾ ਤੇ ਉਹਨਾਂ ਨੂੰ, ਮੈਂ ਵੀ ਉਦੋਂ ਯੂਨੀਵਰਸਿਟੀ 'ਚੋਂ ਨਿਕਲੇ ਸੀ, ਉਹਨਾਂ ਨੂੰ ਲੱਗਿਆ ਯਾਰ ਵੀ ਕੰਮ ਦਾ ਬੰਦਾ ਇਹ, ਅਤੇ ਉਹਨਾਂ ਨੇ ਬਸ ਅਸੀਂ ਨਾਲ ਰੱਖਦੇ ਰੱਖਦੇ ਵੀ ਆਹ ਕਰ ਦੇਗਾ ਆਪਾਂ, ਅਸੀਂ ਹੋ ਗਿਆ ਹੁੰਦੇ 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 ਇੱਕ ਦਿਨ ਉਹੀ ਮੇਰੇ ਦੋਸਤ ਦਾ ਫੇਰ ਫੋਨ ਆਇਆ ਮੈਨੂੰ, ਕਹਿੰਦਾ ਵੀ ਇਹਨਾਂ ਨੂੰ ਕਹਿ ਵੀ ਮੇਰਾ ਲਾਈਨ ਪ੍ਰੋਡਿਊਸਰ ਦਾ ਐਗਰੀਮੈਂਟ ਬਣਾ ਦੇਣਾ, ਤੇ ਮੈਂ ਉਹਨਾਂ ਨੂੰ ਕਹਿ ਮੈਂ ਕਿਹਾ ਵੀ ਮੇਰਾ ਲਾਈਨ ਪ੍ਰੋਡਿਊਸਰ ਦਾ ਐਗਰੀਮੈਂਟ ਬਣਾ ਦਿਓ, ਤੇ ਉਹ ਹੱਸਣ ਲੱਗ ਗਏ, ਉਹ ਕਹਿੰਦੇ ਵੀ ਤੂੰ ਬਹੁਤ ਅੱਗੇ ਜਾਏਗਾ, ਟੈਨਸ਼ਨ ਨਾ ਲੈ, ਵੀ ਟਰਸਟ ਕਰ ਵੀ ਲੱਗਿਆ ਰਹਿ, ਤੇ ਮੈਨੂੰ ਉਦੋਂ ਤੱਕ ਮੈਨੂੰ ਵੀ ਨਹੀਂ ਪਤਾ ਸੀ, ਮਤਲਬ ਕਾਫੀ ਟਾਈਮ ਮੈਨੂੰ ਨਹੀਂ ਪਤਾ ਸੀ ਵੀ ਕੋਈ ਹਾਲੀਵੁੱਡ ਦੀ ਇਹ ਫਿਲਮ ਆ ਜਾਂ ਕੀ ਆ, ਬਸ ਉਹ ਕਰਦੇ 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 ਤਾਂ ਮੈਨੂੰ ਜਦੋਂ ਉਹਨੂੰ ਕਲੀਅਰ ਹੋਇਆ ਵੀ ਈਸਟ ਇਜ਼ ਈਸਟ ਦਾ ਸੀਕੁਅਲ ਆ, ਤਾਂ ਹਾਲੀਵੁੱਡ ਹੈ ਨਾ ਆਪਾਂ ਨੂੰ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ, ਸਿੱਧਾ ਹਾਲੀਵੁੱਡ ਤੋਂ ਮਿਲ ਰਿਹਾ, ਤਾਂ ਮੈਨੂੰ ਵੀ ਥੋੜ੍ਹਾ ਕਰੇਜ਼ ਸੀ ਯਾਰ ਜਿਹੜੀ ਮਰਜ਼ੀ ਥਾਂ 'ਚ ਥਾਂ ਮਿਲ ਜਾਵੇ ਵੀ ਡਾਇਰੈਕਸ਼ਨ 'ਚ ਜਾਂ ਜਿੱਧਰੋਂ ਵੀ ਆਪਾਂ ਨੂੰ ਰਾਹ ਮਿਲ ਜਾਵੇ ਆਪਾਂ ਜੁੜਨਾ, ਤਾਂ ਪਹਿਲੀ ਫਿਲਮ ਵੈਸਟ ਇਜ਼ ਵੈਸਟ ਹੀ ਕਹਿ ਸਕਦੇ ਹਾਂ ਐਜ਼ ਅ ਲਾਈਨ ਪ੍ਰੋਡਿਊਸਰ। ਕੀ ਬਾਤ ਹੈ! ਅਤੇ ਖਾਸ ਤੌਰ 'ਤੇ ਇੱਕ ਗੱਲ ਹੋਰ ਦੱਸਦਾ ਜੀ, ਵੈਸਟ ਇਜ਼ ਵੈਸਟ ਤੁਹਾਡੇ ਆਪਣੇ ਫੇਵਰੇਟ ਐਕਟਰ ਕਰਮਜੀਤ ਅਨਮੋਲ ਜੀ ਦੀ ਪਹਿਲੀ ਹਾਲੀਵੁੱਡ ਮੂਵੀ ਹੈ ਜੀ ਜਿਹਨਾਂ ਵਿੱਚ ਉਹਨਾਂ ਨੇ ਵੀ ਕੰਮ ਕੀਤਾ, ਤੁਸੀਂ ਮੂਵੀ ਦੇਖਿਓ ਤੁਹਾਨੂੰ ਉਹ ਜ਼ਰੂਰ ਵਿੱਚ ਨਜ਼ਰ ਆਉਣਗੇ। ਅੱਛਾ ਵੀਰੇ, ਹੁਣ ਪਿਛਲੇ ਆਪਾਂ 7-8 ਸਾਲਾਂ ਤੋਂ ਗੱਲ ਕਰ ਲਈਏ ਤਾਂ ਪੰਜਾਬੀ ਫਿਲਮ ਇੰਡਸਟਰੀ ਬੜੇ ਬੂਮ 'ਤੇ ਆਈ ਆ, ਬੜੀ ਰਫ਼ਤਾਰ ਦੇ ਨਾਲ ਅੱਗੇ ਵੱਧ ਰਹੀ ਹੈ, ਅਤੇ ਤੁਸੀਂ ਵੀ ਉਸੇ ਰਫ਼ਤਾਰ ਨਾਲ ਅੱਗੇ ਵਧੇ ਹੋ, ਬਾਬਾ ਜੀ ਦੀ ਮਿਹਰ ਨਾਲ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਕਿਵੇਂ ਦੇਖਦੇ ਹੋ ਪੰਜਾਬੀ ਇੰਡਸਟਰੀ ਦੇ ਇਸ ਬਹਾਅ ਨੂੰ, ਕੀ ਇਹ ਪੋਜ਼ਿਟਿਵ ਜਾ ਰਿਹਾ, ਕਿੱਦਾਂ ਦੇਖਦੇ ਹੋ, ਕੀ ਇਹ ਬਹਾਅ ਚੱਲਦਾ ਰਹੂਗਾ? ਬਹੁਤ ਵਧੀਆ, ਪੰਜਾਬੀ ਇੰਡਸਟਰੀ ਨੇ ਬਹੁਤ ਸਮਿਆਂ ਦੇ ਲੰਬੇ ਸਮੇਂ ਦੌਰਾਨ ਚੜ੍ਹਾਈਆਂ ਤਰਾਈਆਂ ਬਹੁਤ ਤਰ੍ਹਾਂ ਦੇ ਹਾਲਾਤ ਦੇਖੇ ਨੇ, ਸਿਨੇਮੇ ਨੇ ਐਕਟਰਾਂ ਨੇ ਅਲੱਗ ਤੋਂ ਦੇਖੇ ਨੇ, ਸਿਨੇਮੇ ਨੇ ਪ੍ਰੋਡਿਊਸਰਸ ਨੇ ਇੱਕ ਤਰ੍ਹਾਂ ਅਲੱਗ ਤੋਂ ਦੇਖੇ ਨੇਗੇ, ਅਤੇ ਹੁਣ ਕਾਫੀ ਚੀਜ਼ਾਂ ਦਾ ਫਰਕ ਹੈ। ਜੇ ਆਪਾਂ 2000 ਪਿੱਛੇ ਜੇ ਚਲੇ ਜਾਈਏ, 2010-11-12 ਦੀਆਂ ਗੱਲਾਂ ਕਰੀਏ, ਅੱਜ ਡਿਜੀਟਲ ਯੁੱਗ ਹੋਣ ਕਰਕੇ ਹੁਣ ਔਨਲਾਈਨ ਵੀ ਕਾਫੀ ਅਮਾਊਂਟ ਮਿਲ ਜਾਂਦਾ, ਮਤਲਬ ਹੁਣ ਪ੍ਰੋਡਿਊਸਰਸ ਲਈ ਸਿਨੇਮਾ ਸਕਰੀਨਾਂ ਮੌਲਸ ਵੱਧ ਗਏ, ਸਕਰੀਨਾਂ ਬਹੁਤ ਵੱਧ ਗਈਆਂ, ਤਾਂ ਹੁਣ ਕਿਤੇ ਨਾ ਕਿਤੇ ਪ੍ਰੋਡਿਊਸਰਸ ਵੀ ਸੇਫ ਹੈਗੇ ਨੇ, ਅਤੇ ਦੂਸਰੀ ਇਹ ਗੱਲ ਵੀ ਆ ਜਿੰਨੇ ਵੱਡੇ ਐਕਟਰਸ ਆਪਾਂ ਕਹਿ ਲਈਏ ਗਿਣਤੀ ਦੇ ਐਕਟਰ ਨੇ ਇੰਡਸਟਰੀ 'ਚ, ਅਤੇ ਉਹ ਆਲਮੋਸਟ ਉਹਨਾਂ ਦੀਆਂ ਡੇਟਸ ਨਹੀਂ ਹੁੰਦੀਆਂ, ਤਾਂ ਨਵੇਂ ਟੈਲੈਂਟ ਨੂੰ ਵੀ ਕਿਤੇ ਨਾ ਕਿਤੇ ਮੌਕਾ ਮਿਲ ਰਿਹਾ, ਤਾਂ ਇਹ ਸਭ ਕੁਛ ਮੇਰੇ ਹਿਸਾਬ ਨਾਲ ਤਾਂ ਪੋਜ਼ਿਟਿਵ ਹੀ ਹੈਗਾ ਸਭ ਕੁਛ। ਗੱਬਰ ਬਾਈ, ਗੈਂਗਲੈਂਡ ਦਾ ਆਈਡੀਆ ਕਦੋਂ ਮਾਇੰਡ 'ਚ ਆਇਆ? ਹੁਣ ਤੱਕ ਦੀਆਂ ਦੋ ਵੱਡੀਆਂ ਵੈਬ ਸੀਰੀਜ਼ ਦੀ ਗੱਲ ਕਰ ਲਈਏ ਤਾਂ ਉਹਦੇ 'ਚੋਂ ਇੱਕ ਗੈਂਗਲੈਂਡ ਦਾ ਨਾਮ ਆਉਂਦਾ ਹੈ, ਇਹ ਕਦੋਂ ਗੱਬਰ ਬਾਈ ਦੇ ਮਾਇੰਡ 'ਚ ਆਇਆ ਕਿ ਯਾਰ ਮੈਂ ਇਸ ਤਰ੍ਹਾਂ ਦੀ ਇੱਕ ਵੈਬ ਸੀਰੀਜ਼ ਬਣਾਊਂਗਾ? ਇਮਾਨਦਾਰੀ ਨਾਲ ਦੱਸੀਏ ਤਾਂ ਕਿਤੇ ਨਾ ਕਿਤੇ ਵੈਬ ਸੀਰੀਜ਼ ਦਾ ਕੋਈ ਅਜੇ ਇਰਾਦਾ ਨਹੀਂ ਸੀਗਾ। ਰੀਜ਼ਨ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਜ਼ਿਆਦਾਤਰ, ਮਤਲਬ ਜਿਵੇਂ ਜੇ ਆਪਾਂ ਪੰਜਾਬ 'ਚ ਕਈ ਮਿੱਤਰ ਸ਼ਾਰਟ ਫਿਲਮ ਕਹਿ ਦਿੰਦੇ ਨੇ ਯਾਰ ਆਹ ਕਰ ਲਈਏ ਸੀਰੀਅਲ ਕਰ ਲਈਏ, ਤਾਂ ਮੈਨੂੰ ਲੱਗਦਾ ਹੁੰਦਾ ਯਾਰ ਵੀ ਫਿਲਮ ਘੈਂਟ ਆ ਸਭ, ਮਤਲਬ ਮੇਰੇ ਲਈ ਫਿਲਮ, ਮੈਂ ਫਿਲਮਾਂ ਹੀ ਕੀਤੀਆਂ ਸੀ ਜ਼ਿਆਦਾ, ਫਿਲਮਾਂ ਹੀ ਸੋਚੀਆਂ, ਫਿਲਮਾਂ ਫਿਲਮੀ ਜਿਹਾ ਹੀ ਸੀਗਾ ਸਾਰਾ ਕੁਛ, ਤਾਂ ਕਿਤੇ ਨਾ ਕਿਤੇ ਹਜੇ ਵੈਬ ਸੀਰੀਜ਼ ਵੱਲ ਕੁਛ ਇਰਾਦਾ ਨਹੀਂ ਸੀਗਾ। ਹਾਂ ਵੀ ਮਿੱਤਰ ਪਿਆਰੇ ਸੁੱਖੀ ਪਾਤੜਾ ਵੀਰੇ ਹੋਰੀ ਹੋਰ ਕੋਈ ਹੁੰਦੇ ਵੈਬ ਸੀਰੀਜ਼ ਦੀਆਂ ਗੱਲਾਂ ਕਰਦੇ ਤਾਂ ਆਪਾਂ ਕਹਿ ਦਿੰਦੇ ਸੀ ਕੋਈ ਚੱਕਰ ਨਹੀਂ ਬਈ ਨਾਲ ਵੀ ਕਰ ਲਾਂਗੇ, ਜਿਵੇਂ ਤੁਹਾਡੀ ਜੋ ਸਾਡੇ ਵੱਲੋਂ ਬਣ ਹੋਇਆ। ਤਾਂ ਇੱਕ ਦਿਨ ਕੇ ਵੀ ਵੀਰਾ, ਨਿਸ਼ਾਨ ਭੁੱਲਰ ਬਾਈ, ਗੁਰਪ੍ਰੀਤ ਖੇਤਲਾ ਵੀਰਾ, ਇਹ ਸਾਰੇ ਆਏ, ਗੱਲਾਂ ਆਈਆਂ ਚੱਲ ਰਹੀਆਂ ਸੀ ਮੇਲ ਗੇਲ 'ਚੋਂ, ਫਿਰ ਉੱਥੇ ਹੀ ਬਸ ਅਸੀਂ ਕੰਸੈਪਟ ਲੱਭਦੇ ਲੱਭਦੇ ਵੀ ਯਾਰ ਕਿਹੜੇ ਕੰਸੈਪਟ 'ਤੇ ਕੀਤਾ ਜਾਏ ਕੰਮ, ਤਾਂ ਉੱਥੋਂ ਗੈਂਗਲੈਂਡ ਬਸ ਇੱਕ, ਕਿਉਂਕਿ ਉਹ ਬੇਸਿਕਲੀ ਜੇ ਉੱਦਾਂ ਵੀ ਮੈਂ ਉਹ ਕੁਛ ਕਹਾਣੀਆਂ ਸੁਨਾਮ SUS ਕਾਲਜ ਦੀਆਂ ਨੇ, ਕੁਛ ਸਾਡੇ ਮਸਤੂਆਣਾ ਸਾਹਿਬ ਦੀਆਂ ਨੇ, ਕੁਛ ਆਪਣੇ ਓਵਰਆਲ ਪੰਜਾਬ 'ਚੋਂ ਨੇ ਚੀਜ਼ਾਂ, ਉਹ ਮਿੱਤਰ ਮੰਡਲੀ 'ਚੋਂ ਕੁਛ ਸਰਕਲ ਦੇ ਟੋਟ ਕੇ ਉਹ ਸਾਰੇ ਹੌਲੀ ਹੌਲੀ ਚੀਜ਼ਾਂ ਜੁੜ ਜੁੜ ਕੇ ਇੱਕ ਕਹਾਣੀ ਬਣੀ ਹੋਈ ਆ।
ਰਿਸਪੌਂਸ ਬੜਾ ਸ਼ਾਨਦਾਰ ਆਇਆ, ਸੋਚਿਆ ਸੀ ਬਾਈ, ਇਮੇਜਿਨ ਕੀਤਾ ਸੀ ਕਿਉਂਕਿ ਬਿਕੋਜ਼ ਯੰਗਸਟਰਾਂ ਨੇ ਉਸਨੂੰ ਬੜਾ ਐਕਸੈਪਟ ਕੀਤਾ, ਹੁਣ ਵੀ ਤੁਹਾਨੂੰ ਕਮੈਂਟਸ ਆ ਰਹੇ ਹੋਣਗੇ ਕਿ ਬਾਈ ਅੱਗੇ ਬਣਾਓ, ਹੋਰ ਐਪੀਸੋਡ ਬਣਾਓ। ਮੈਂ 5 ਐਪੀਸੋਡ ਦੇਖੇ ਨੇ, ਮੈਨੂੰ ਐਂ ਸੀ ਮੈਂ ਯਾਰ 5 ਤੇ ਕਿਉਂ ਮੁੱਕ ਗਈ, ਅੱਗੇ ਵੀ ਆਉਣਾ ਚਾਹੀਦਾ। ਕੀ ਪਲਾਨ ਅੱਗੇ ਆ ਸਕਦੀ ਹੈ, ਹੋਰ ਅੱਗੇ ਤੁਸੀਂ ਪਲਾਨ ਕਰ ਰਹੇ ਹੋ ਕੋਈ ਆਈਡੀਆ? ਇਹਦੇ ਬਾਰੇ ਹਜੇ ਮੈਂ ਬਹੁਤਾ ਕੁਛ ਕਹਿ ਨਹੀਂ ਸਕਦਾ, ਕੇ ਵੀ ਬਾਈ ਹੋਰੀ ਗੀਤ MP3 ਹੈ, ਦੱਸੋ ਸਾਡਾ। ਤੇ ਬਾਕੀ ਨੋ ਡਾਊਟ ਡੈਫੀਨੇਟਲੀ ਬਣਾਉਣਾ ਹੀ ਪਊਗਾ। ਰੀਜ਼ਨ ਜਿਵੇਂ ਭੰਗੂ ਦੀ ਗੱਲ ਕਰ ਰਹੇ ਸੀ ਤੁਸੀਂ, ਤਾਂ ਇੱਕ ਦਿਨ ਭੰਗੂ ਦਾ ਮੈਨੂੰ ਫੋਨ ਆਇਆ, ਕਹਿੰਦਾ ਬਾਈ ਵੀ ਆਪਾਂ ਛੇਤੀ ਕਰ ਲਈਏ, ਵੀ ਅਗਲੇ ਐਪੀਸੋਡ ਵੀ ਲੋਕ ਬਹੁਤ ਮੰਗ ਕਰਦੇ ਨੇ। ਮੈਂ ਕਿਹਾ ਨਹੀਂ ਯਾਰ, ਨੋ ਡਾਊਟ ਕਰਨਾ ਹੀ ਆ, ਵੀ ਚਲੋ ਪਰਮਾਤਮਾ ਮਿਹਰ ਕਰੇ। ਤੇ ਕਹਿੰਦਾ ਵੀ ਨਹੀਂ, ਹੌਲੀ ਹੌਲੀ ਲੋਕਾਂ ਨੇ ਆਪਣੇ ਤਖਤੇ ਪੱਟਣੇ ਸ਼ੁਰੂ ਕਰਦੇ। ਤੇ ਜਿਹੜੇ ਭੰਗੂ ਦੀ ਤੁਸੀਂ ਗੱਲ ਕਰਦੇ, ਕਿੱਸਾ ਐਡ ਕਰੂੰਗਾ, ਇਹ ਮੈਨੂੰ ਲੱਗਦਾ ਸ਼ਾਇਦ ਆਪਣੇ ਵਾਲਾਂ ਦੀ ਪਤਾ ਨਹੀਂ ਕੋਈ ਸਰਜਰੀ ਕਰਾਉਣ ਗਿਆ ਸੀ, ਡਾਕਟਰ ਕਹਿੰਦਾ ਵੀਰੇ ਪਹਿਲਾਂ ਸੈਲਫੀ, ਬਾਅਦ 'ਚ ਇਲਾਜ ਕਰਾਂਗੇ। ਮਤਲਬ ਇੰਨਾ ਜ਼ਿਆਦਾ ਬਾਈ ਰਿਸਪੌਂਸ 'ਤੇ ਆਪਾਂ ਗੱਲ ਕਰਦੇ ਸੀ, ਕਦੋਂ ਤੁਹਾਨੂੰ ਲੱਗਿਆ ਵੀ ਯਾਰ ਕਿਆ ਬਾਤ ਹੈ, ਤਾਂ ਸਵਾਦ ਆ ਗਿਆ ਯਾਰ, ਇੰਨਾ ਸ਼ਾਨਦਾਰ ਰਿਸਪੌਂਸ, ਇਹ ਸੋਚਿਆ ਸੀ ਬਾਈ? ਬਾਈ ਕਿਤੇ ਨਾ ਕਿਤੇ ਨਾ ਰਿਸਪੌਂਸ ਦੀ ਬਹੁਤ ਮਤਲਬ ਅਹਿਮ ਕੁਐਸਚਨ ਹੈ ਇਸ ਟਾਈਮ ਇਹ। ਜਦੋਂ ਅਸੀਂ ਕਹਾਣੀ ਲਿਖ ਲਈ ਸੀਗੀ, ਜਦੋਂ ਵੈਬ ਸੀਰੀਜ਼ ਲਿਖੀ ਗਈ ਸੀ, ਤਾਂ ਕੇਵੀ ਵੀਰੇ ਨੇ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਡਾਇਰੈਕਟ ਕਰੋਗੇ। ਮੇਰਾ ਹਲੇ ਉਦੋਂ ਤੱਕ ਇੰਨਾ ਮਤਲਬ ਮੈਂ ਵੀ ਕਹਾਂ ਵੀ ਆਪਾਂ ਥੋੜ੍ਹਾ ਜਿਹਾ ਸੋਚ ਕੇ, ਜੇ ਰਾਮ ਜੀ ਨਾਲ ਚੱਲਣ ਵਾਲੇ ਬੰਦੇ ਹਾਂ, ਤਾਂ ਕਿਤੇ ਨਾ ਕਿਤੇ ਮੇਰੇ ਦਿਲ 'ਚ ਫਿਲਮ ਵਗੈਰਾ ਕਰਨ ਦਾ ਤਾਂ ਬਹੁਤ ਸੀਗਾ, ਬਟ ਹਜੇ ਵੈਬ ਸੀਰੀਜ਼ ਲਈ ਮੈਂ ਸ਼ਿਓਰ ਨਹੀਂ ਸੀਗਾ। ਅਤੇ ਮੈਂ ਉਹਨਾਂ ਨੂੰ ਇੱਕ ਦੋ ਨਾਲ ਦੇ ਵਧੀਆ ਡਾਇਰੈਕਟਰਸ ਦੇ ਨਾਮ ਲਏ, ਅਤੇ ਕੇਵੀ ਵੀਰਾ ਅੜੇ ਹੀ ਰਿਹਾ ਵੀ ਨਹੀਂ ਤੁਸੀਂ ਕਰੋਗੇ। ਅਤੇ ਇੱਕ ਦੋ ਵਾਰੀ ਮੈਂ ਚਲੋ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ, ਵੀ ਕਹਾਣੀ ਤਾਂ ਮੇਰੀ ਹੈ ਹੀ ਆ। ਮੈਂ ਇੱਕ ਦੋ ਵਾਰ ਜਦੋਂ ਨਰੇਸ਼ਨਾਂ ਦਿੱਤੀਆਂ ਇੱਥੀ ਕੁਦਰਤੀ, ਪਹਿਲੀਆਂ ਨਰੇਸ਼ਨਾਂ ਸਾਡੀਆਂ ਇੱਥੀ ਹੁੰਦੀਆਂ ਸੀ, ਡਿਸਕਸ਼ਨਸ ਨਰੇਸ਼ਨਸ, ਤਾਂ ਉਹਨਾਂ ਨਰੇਸ਼ਨਸ ਇੱਕ ਦੋ ਵਾਰੀ ਦਿੰਦੇ ਹੋਏ, ਤਾਂ ਤੀਜੀ ਚੌਥੀ ਇੱਕ ਵਾਰ ਪਤਾ ਲੱਗ ਗਿਆ ਸੀ ਯਾਰ ਵੀ ਕਹਾਣੀ ਬਹੁਤ ਘੈਂਟ ਆ। ਅਤੇ ਇੱਕ ਚੀਜ਼ ਕਲੀਅਰ ਹੋ ਗਈ ਸੀ ਵੀ ਕਹਾਣੀ ਸੋਲਿਡ ਆ। ਉਸ ਤੋਂ ਬਾਅਦ ਇੱਕ ਸਿੰਪਲ ਜਿਹੀ ਗੱਲ ਹੈ, ਕਦੇ ਵੀ ਕੋਈ ਗੀਤ ਸੋਹਣਾ ਹੁੰਦਾ ਤਾਂ ਮੈਂ ਅਕਸਰ ਕਹਿੰਦਾ ਹੁੰਦਾ, ਜਦੋਂ ਇੱਕ ਗੀਤ ਲਿਖਿਆ ਸੋਹਣਾ ਗਿਆ ਤਾਂ ਉਹਦਾ ਵੀਡੀਓ ਵੀ ਸੋਹਣਾ ਹੋ ਜਾਊ, ਗਾਇਆ ਵੀ ਸੋਹਣਾ ਜਾਊ, ਮਿਊਜ਼ਿਕ ਸੋਹਣਾ ਹੋ ਜਾਊਗਾ, ਉਹ ਆਟੋਮੈਟਿਕਲੀ ਇੱਕ ਵਧੀਆ ਹੀ ਚੀਜ਼ ਨਿਕਲ ਕੇ ਆਊਗੀ। ਕਿਉਂਕਿ ਆਪਣੀ ਪਹਿਲੀ ਚੀਜ਼ ਕਿਸੇ ਵੀ ਆਪਣੀ ਲਾਈਨ ਦੇ ਵਿੱਚ ਕਿਸੇ ਚੀਜ਼ ਦੀ ਉਤਪਤੀ ਪਹਿਲੀ ਮੇਰੇ ਖਿਆਲ 'ਚ ਕਲਮ ਹੀ ਹੈ, ਲਿਖਣੀ ਹੈ। ਜਦੋਂ ਉਹ ਲਿਖੀ ਵਧੀਆ ਗਈ ਸੀ ਤਾਂ ਇੱਕ ਚੀਜ਼ ਤਾਂ ਸ਼ਿਓਰ ਸੀ ਵੀ ਇਹ ਵਧੀਆ ਬਣੂਗੀ। ਤਾਂ ਦੂਸਰਾ, ਜਦੋਂ ਪਹਿਲਾ ਪੋਸਟਰ ਆਇਆ ਸੀਗਾ ਸਾਡਾ ਦ ਗੈਂਗਲੈਂਡ ਇਨ ਮਦਰਲੈਂਡ ਦਾ, ਤਾਂ ਉਹ ਪੋਸਟਰ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀਗਾ। ਤਾਂ ਅਕਸਰ ਅਸੀਂ ਆਪਸ 'ਚ ਹੱਸਦੇ ਹੁੰਦੇ ਸੀਗੇ ਵੀ ਦੁਨੀਆਂ ਦੀਆਂ ਚੀਜ਼ਾਂ ਕਈ ਵਾਰ ਨਹੀਂ ਹਿੱਟ ਹੋ ਪਾਉਂਦੀਆਂ, ਪਰਮਾਤਮਾ ਨੇ ਮਿਹਰ ਕੀਤੀ ਹੈ ਵੀ ਆਪਣਾ ਪੋਸਟਰ ਵੀ ਹਿੱਟ ਹੈ, ਚਲੋ ਜਿੱਦਾਂ ਆਪਸ 'ਚ ਮਜ਼ਾਕ ਕਹਿ ਲਓ ਜਾਂ ਆਪਦਾ ਉਹ ਹੁੰਦਾ ਸੀਗਾ। ਤਾਂ ਉਹ ਪੋਸਟਰ ਤੋਂ ਬਾਅਦ ਟ੍ਰੇਲਰ ਤੋਂ ਬਾਅਦ ਬਹੁਤ ਜ਼ਿਆਦਾ ਹਾਈਪ ਬਣ ਗਈ ਸੀਗੀ, ਤਾਂ ਉਸ ਹਾਈਪ ਤੱਕ ਫਿਰ ਸਾਨੂੰ ਥੋੜ੍ਹਾ ਡਰ ਲੱਗਣਾ ਸ਼ੁਰੂ ਹੋ ਗਿਆ ਸੀਗਾ। ਕਿਉਂਕਿ ਹਾਈਪ ਆ ਜਾ ਕੇ ਕਿਤੇ ਨਾ ਕਿਤੇ ਮੇਰਾ ਮੰਨਣਾ ਵੈਬ ਸੀਰੀਜ਼ ਹੈ ਨਾ, ਇੱਕ ਬਜਟ ਦੀਆਂ ਲਿਮਿਟੇਸ਼ਨਸ ਹੁੰਦੀਆਂ ਨੇਗੀਆਂ, ਸ਼ੂਟ ਡੇਜ਼ ਦੀਆਂ ਲਿਮਿਟੇਸ਼ਨਸ ਹੁੰਦੀਆਂ ਨੇਗੀਆਂ, ਤਾਂ ਕਿਤੇ ਨਾ ਕਿਤੇ ਇੱਕ ਖੌਫ ਜਿਹਾ ਬੈਠਣ ਲੱਗ ਗਿਆ ਸੀਗਾ ਵੀ ਯਾਰ ਹਾਈਪ ਬਹੁਤ ਜ਼ਿਆਦਾ ਬਣ ਗਈ ਚੀਜ਼ ਦੀ, ਵੀ ਐਕਸਪੈਕਟੇਸ਼ਨਸ ਤੇ ਪਤਾ ਨਹੀਂ ਖਰੇ ਉਤਰਾਂਗੇ ਪਤਾ ਨਹੀਂ ਉਤਰਾਂਗੇ। ਪਰ ਕਿਤੇ ਨਾ ਕਿਤੇ ਦਿਲ 'ਚ ਇੱਕ ਸਕੂਨ ਜਿਹਾ ਵੀ ਸੀਗਾ, ਕਿਉਂਕਿ ਜਿੱਦਾਂ ਦੀ ਆਪਾਂ ਚੀਜ਼ ਬਣਾਉਣਾ ਚਾਹੁੰਦੇ ਸੀ ਬਣਾ ਸਕਦੇ ਸੀ, ਜਿੰਨਾ ਕੁ ਅਸੀਂ ਪੜ੍ਹੇ ਹਾਂ, ਜਿੰਨਾ ਕੁ ਸਮਝੇ ਹਾਂ, ਅਸੀਂ ਜਿੰਨਾ ਕੁ ਬਣਾਉਣਾ ਚਾਹੁੰਦੇ ਸੀ, ਅਸੀਂ ਆਪਣੇ ਪਹਿਲੀ ਗੱਲ ਕੰਮ ਤੋਂ ਸੈਟੀਸਫਾਈ ਸੀਗੇ। ਬਾਕੀ ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ, ਮੇਕਰ ਤੋਂ ਵੱਧ ਆਪਣੇ ਪ੍ਰੋਡਕਟ 'ਚ ਖੂਬੀਆਂ ਅਤੇ ਕਮੀਆਂ ਕਿਸੇ ਹੋਰ ਨੂੰ ਮੈਨੂੰ ਨਹੀਂ ਲੱਗਦਾ ਪਤਾ ਹੁੰਦੀਆਂ ਨੇਗੀਆਂ। ਬਿਲਕੁਲ। ਅਤੇ ਪਰ ਵਧੀਆ ਰਿਸਪੌਂਸ, ਨੋ ਡਾਊਟ, ਜਿੰਨਾ ਸੋਚਿਆ ਸੀਗਾ ਉਸ ਤੋਂ ਬਹੁਤ ਜ਼ਿਆਦਾ ਪਿਆਰ ਹੀ ਮਿਲਿਆ। ਅਤੇ ਸਭ ਤੋਂ ਵੱਡੀ ਇਹ ਗੱਲ ਚੰਗੀ ਲੱਗਦੀ ਹੁੰਦੀ ਹੈ, ਜਿਵੇਂ ਨਿਸ਼ਾਨ ਭੁੱਲਰ ਭਾਅ ਜੀ ਨੂੰ ਸੁਲਤਾਨ ਦਾ ਕੈਰੈਕਟਰ ਕੀਤਾ ਸੀ, ਤਾਂ ਬਾਏ ਨੇਮ ਸੁਲਤਾਨ ਹੀ ਕਹਿੰਦੇ ਸੀਗੇ ਭੰਗੂ ਨੇ, ਜੇ ਮਤਲਬ ਹਰ ਕੈਰੈਕਟਰ ਆਪਣਾ ਬਾਏ ਨੇਮ ਹਿੱਟ ਹੋਇਆ, ਸੂਬੇਦਾਰ, ਬੱਗਾ, ਬੱਬਰ, ਹਰ ਕੈਰੈਕਟਰ ਬਾਏ ਨੇਮ ਹਿੱਟ ਹੋਏ ਨੇ, ਅਤੇ ਇਹ ਚੀਜ਼ ਵਧੀਆ ਲੱਗਦੀ ਆ। ਬਾਈ ਤੁਸੀਂ ਟ੍ਰੈਂਡ ਇੱਕ ਸੈੱਟ ਕਰਤਾ, ਹੁਣ ਜਿਹੜੀਆਂ ਵੈਬ ਸੀਰੀਜ਼ ਦਾ ਦੌਰ ਹੈ ਭੱਜ ਲਿਆ, ਬਹੁਤ ਵੈਬ ਸੀਰੀਜ਼ ਬਣ ਰਹੀਆਂ ਨੇ, ਨਵੇਂ ਸਟੂਡੈਂਟ ਬਣਾਉਣ ਲੱਗ ਗਏ ਨਵੇਂ ਮੁੰਡੇ, ਕਿਵੇਂ ਦੇਖਦੇ ਹੋ ਗੈਂਗਲੈਂਡ ਨੇ ਇੱਕ ਟ੍ਰੈਂਡ ਸੈੱਟ ਕਰਤਾ, ਅਤੇ ਹੁਣ ਇਹ ਵੀ ਕਹਿ ਲਓ ਜਿਹਤੋਂ ਫਿਲਮ 'ਚ ਕੰਮ ਨਹੀਂ ਹੁੰਦਾ ਜਾਂ ਜਿਹਨੂੰ ਫਿਲਮ 'ਚ ਰੋਲ ਨਹੀਂ ਮਿਲਦਾ, ਅੱਜ ਇੱਕ ਵੈਬ ਸੀਰੀਜ਼ ਬਣਾ ਕੇ ਆਪਣੀ ਪੜਾਸ ਤਾਂ ਕੱਢ ਰਿਹਾ? ਨਹੀਂ, ਵਧੀਆ ਪੋਜ਼ਿਟਿਵ ਚੀਜ਼ਾਂ ਨੇ, ਬਸ ਇਹੀ ਆ ਬਾਈ ਸਾਰਿਆਂ ਲਈ ਬੇਨਤੀ ਆ, ਕਿਉਂਕਿ ਨਾ ਹੁਣ ਅਗਲਾ ਸੋਚ ਲੈਂਦਾ ਵੀ ਯਾਰ ਜਲਦੀ ਜੇ ਲਿਖ ਕੇ ਸਟੋਰੀ, ਜਲਦੀ ਕਾਹਲੀ ਕਿਸੇ ਚੀਜ਼ ਦੀ ਕਰਨ ਦੀ ਲੋੜ ਨਹੀਂ, ਸਬਰ ਨਾਲ ਆਪਦਾ ਟਾਈਮ ਲੈ ਕੇ ਟਕਾ ਕੇ ਜੇ ਸ਼ੂਟ ਕਰੋ, ਟਕਾ ਕੇ ਜੇ ਚੀਜ਼ ਬਣਾਓ। ਕਿਉਂਕਿ ਇੱਕ ਵਾਰੀ ਆਪਾਂ ਬਹੁਤ ਲਾਈਟਲੀ ਲੈ ਲੈਂਦੇ ਹਾਂ ਵੈਬ ਸੀਰੀਜ਼ ਨੂੰ, ਕਿਤੇ ਨਾ ਕਿਤੇ ਮਾਈਂਡ 'ਚ ਹੁੰਦਾ ਵੀ ਯਾਰ ਚਲੋ ਕੋਈ ਨਾ ਇੰਨੀ ਕੁ ਲਿਬਰਟੀ ਲੈ ਲੈਂਦੇ ਹਾਂ, ਬਟ ਇੱਕ ਵਾਰੀ ਚੀਜ਼ ਜਦੋਂ ਚਾਹੇ ਅੱਜ ਯੂਟਿਊਬ ਹੈ ਕਿਸੇ ਵੀ ਸੋਸ਼ਲ ਪਲੇਟਫਾਰਮ 'ਤੇ ਜਦੋਂ ਚੜ੍ਹ ਜਾਂਦੀ ਆ ਉਹ ਸਦੀਆਂ ਤੱਕ ਛੱਪੀ ਰਹਿੰਦੀ ਆ। ਬਿਲਕੁਲ। ਉਦੋਂ ਬਾਅਦ 'ਚ ਤੁਸੀਂ ਉਹ 'ਚ ਕੁਛ ਚੇਂਜ ਨਹੀਂ ਕਰ ਸਕਦੇ, ਤਾਂ ਕਰਕੇ ਸ਼ੂਟਿੰਗ ਤੋਂ ਪਹਿਲਾਂ ਹੀ ਆਪਣੇ ਕੋਲ ਸਮਾਂ ਹੁੰਦਾ, ਰਿਲੀਜ਼ਿੰਗ ਤੋਂ ਪਹਿਲਾਂ ਹੀ ਆਪਾਂ ਜਿੰਨੀ ਉਹ 'ਤੇ ਮਿਹਨਤ ਕਰ ਲਈਏ, ਜਿੰਨਾ ਆਪਣੇ ਪ੍ਰੋਡਕਟ ਨੂੰ ਹੋਰ ਨਿਖਾਰ ਲਈਏ।
ਗੱਬਰ ਬਾਈ, ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਵੱਡਾ ਨਾਂ ਤੁਹਾਡਾ ਹੁਣ ਬਣ ਗਿਆ ਹੈ, ਕਿਸ ਹੱਦ ਤੱਕ ਸੰਤੁਸ਼ਟੀ ਹੁੰਦੀ ਹੈ, ਖੁਸ਼ੀ ਹੁੰਦੀ ਹੈ? ਜੇ ਤੋਂ 10 ਸਾਲ ਪਹਿਲਾਂ ਗੱਬਰ ਆਪਣੇ ਆਪ ਨੂੰ ਦੇਖਦਾ ਹੈ, 5 'ਚ 7 'ਚ ਜਦੋਂ ਆਏ ਸੀ, ਜਦੋਂ ਸਟਰਗਲ ਪੀਰੀਅਡ ਸੀ, ਅਤੇ ਅੱਜ ਸਭ ਕੁਛ ਤੁਸੀਂ ਕਰ ਰਹੇ ਹੋ, ਇੱਕ ਅੱਛਾ ਨਾਂ ਬ੍ਰੈਂਡ ਬਣ ਗਏ, ਹੁਣ ਕੀ ਸੋਚਦੇ ਹੋ, ਹੁਣ ਕੀ ਖਿਆਲ ਮਨ 'ਚ ਆਉਂਦੇ ਨੇ, ਕੀ ਸੋਚ ਦੇ ਵਿੱਚ ਬਦਲਾਅ ਆਇਆ? ਅਸਲ 'ਚ ਸਟਰਗਲ ਮੈਂ ਕਦੇ ਫੀਲ ਹੀ ਨਹੀਂ ਕੀਤਾ, ਕਿਉਂਕਿ ਆਪਾਂ ਨੂੰ ਜਿਹੜੇ ਕੰਮ ਦਾ ਸ਼ੌਂਕ ਹੁੰਦਾ ਉਹ ਕੰਮ ਲਈ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਾਂ ਉਹ ਕਦੇ ਮਿਹਨਤ ਮੈਨੂੰ ਲੱਗਦਾ ਸਟਰਗਲ ਲੱਗਦੀ ਹੀ ਨਹੀਂ ਆਪਾਂ ਨੂੰ, ਉਹ 'ਚ ਆਪਾਂ ਨੂੰ ਸਵਾਦ ਹੀ ਆਉਂਦਾ। ਬਾਕੀ ਰਹੀ ਗੱਲ ਜਿੱਦਾਂ ਮੈਂ ਸ਼ੁਰੂ 'ਚ ਵੀ ਇਹ ਹੈਗਾ ਵੀ ਘਰਦਿਆਂ ਨੇ ਕਿਹਾ ਸੀ ਵੀ ਆਪਣਾ ਤਾਂ ਇਸ ਲਾਈਨ 'ਚ ਕੋਈ ਹੈ ਨਹੀਂ ਗਾ, ਤਾਂ ਕਿਤੇ ਨਾ ਕਿਤੇ ਜਦੋਂ ਬੰਦਾ ਇਸ ਜਦੋਂ ਤੁਰਦਾ ਤਾਂ ਉਹਦੇ ਅੰਦਰ ਇੱਕ ਹੌਂਸਲਾ, ਇੱਕ ਕੌਨਫੀਡੈਂਸ, ਉਹਦੀਆਂ ਅੱਖਾਂ 'ਚ ਇੱਕ ਸੁਪਨਾ ਹੁੰਦਾ ਹੀ ਆ। ਅਤੇ ਚਲੋ ਅਸੀਂ ਉਹਨਾਂ ਖੁਸ਼ਕਿਸਮਤਾਂ 'ਚੋਂ ਹੈਗੇ ਹਾਂ ਜਿਨ੍ਹਾਂ ਨੂੰ ਸੁਪਨਿਆਂ ਦੀ ਨਗਰੀ 'ਚ ਜਾਂ ਸੁਪਨਿਆਂ ਦੀ ਦੁਨੀਆ ਦੇ ਆਪਦੇ ਸੁਪਨਿਆਂ ਦੇ ਨੇੜੇ ਤੇੜੇ ਘੁੰਮਣ ਦਾ ਮੌਕਾ ਮਿਲਿਆ। ਅਤੇ ਕਈ ਕਹਿ ਦਿੰਦੇ ਨੇ ਬਾਈ ਬਹੁਤ ਵਧੀਆ ਕੰਮ ਕਰ ਲਿਆ, ਵੀ ਬਹੁਤ ਕੁਛ ਕਰ ਲਿਆ, ਪਰ ਸੱਚੀ ਪੁੱਛੋਂ ਤਾਂ ਯਕੀਨ ਮੰਨਿਓ ਐਂ ਲੱਗਦਾ ਯਾਰ ਅੱਜ ਸਟਾਰਟਿੰਗ ਆ, ਹਰ ਪਲ ਸੱਚੀ। ਇਹ ਕੋਈ ਮਤਲਬ ਕੋਈ ਕਹਿਣ ਲਈ ਗੱਲ ਨਹੀਂ ਹੈਗੀ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਵੀ ਜਿਵੇਂ ਤੁਸੀਂ ਹੁਣ ਆਪਾਂ ਵਾਰ ਵਾਰ ਜ਼ਿਕਰ ਹੋ ਰਿਹਾ ਗੈਂਗਲੈਂਡ ਦਾ, ਕਿਉਂਕਿ ਉਹ 'ਚ ਲਿਖਣ ਤੋਂ ਲੈ ਕੇ ਡਾਇਰੈਕਸ਼ਨ ਤੋਂ ਲੈ ਕੇ ਉਹ 'ਚ ਕਈ ਕੰਮ ਕੀਤੇ ਨੇਗੇ, ਹੈ ਨਾ। ਅਤੇ ਗੀਤਕਾਰੀ ਜਿਹੜਾ ਮੇਰਾ ਮਤਲਬ ਪਸੰਦੀਦਾ, ਮੈਨੂੰ ਵਧੀਆ ਲੱਗਦੀ ਆ ਗੀਤਕਾਰੀ, ਤਾਂ ਕਰਕੇ ਹੁਣ ਐਂ ਜੇ ਲੱਗਦਾ ਵੀ ਯਾਰ ਹੁਣ ਚੈਲੰਜ ਇੱਕ ਨਵੇਂ ਸਿਰਿਓਂ ਸ਼ੁਰੂ ਹੋ ਗਏ ਕੰਮ। ਗੱਬਰ ਬਾਈ, ਕੋਈ ਇਹੋ ਜਿਹਾ ਦੌਰ ਲੱਗਿਆ ਤੁਹਾਨੂੰ ਆਇਆ, ਜਿਵੇਂ ਕਿ ਆਪਾਂ ਸ਼ੁਰੂਆਤੀ ਦੌਰ ਦੀ ਗੱਲ ਕਰ ਲਈਏ, ਜਦੋਂ ਗੱਬਰ ਬਾਈ ਨੂੰ ਲੱਗਿਆ ਵੀ ਚੱਲ ਯਾਰ ਛੱਡ ਕਿੱਥੇ ਫਸ ਗਏ, ਕੋਈ ਗੱਲ ਬਣਦੀ ਰਹੀ, ਟੱਲਾ ਲੋਟ ਨਹੀਂ ਆ ਰਿਹਾ, ਕੋਈ ਇੱਦਾਂ ਦਾ ਕੋਈ ਮੂਵਮੈਂਟ ਜਾਂ ਕੋਈ ਸਮਾਂ ਆਇਆ ਹੋਵੇ ਜਦੋਂ ਲੱਗਿਆ ਵੀ ਯਾਰ ਛੱਡ ਕੋਈ ਹੋਰ ਕੰਮ ਦੇਖਦੇ? ਨਹੀਂ, ਹਾਲਾਤ ਤਾਂ ਦੇਖੋ ਕੀ ਕਹਿੰਦੇ ਨੇ ਕਿ ਬੰਦਾ ਜਿੰਨਾ ਵੱਡਾ ਹੁੰਦਾ ਓਨੀਆਂ ਔਕੜਾਂ ਵੀ ਓਡੀਆਂ ਵੱਡੀਆਂ ਹੋ ਕੇ ਆਉਂਦੀਆਂ ਨੇਗੀਆਂ, ਓਨੀਆਂ ਵੱਡੀਆਂ ਹੋ ਕੇ ਸਾਨੂੰ ਮਿਲਦੀਆਂ ਨੇਗੀਆਂ। ਅਤੇ ਜ਼ਿੰਦਗੀ ਦਾ ਗ੍ਰਾਫ ਆ ਉਹ ਐਂ ਜੇ ਚੱਲਦਾ, ਕਦੇ ਨੀਵਾਂ ਜਾਂਦਾ ਅਤੇ ਕਦੇ ਤਾਹਾਂ ਚੜ੍ਹ ਜਾਂਦਾ। ਅਤੇ ਹਰ ਤਰ੍ਹਾਂ ਦੇ ਦਿਨ ਆਪਾਂ ਵੀ ਵੇਖੇ ਨੇ, ਉਹ ਵੀ ਦਿਨ ਦੇਖੇ ਨੇ ਜਦੋਂ 1,000 ਰੁਪਇਆ ਵੀ ਬਹੁਤ ਵੱਡਾ ਲੱਗਦਾ, ਅਤੇ ਬਹੁਤ ਕੁਛ ਆ ਉਹ ਕਦੇ ਖੁੱਲ੍ਹੇ ਦਿਲ ਨਾਲ ਖੁੱਲ੍ਹੇ ਸਮੇਂ ਨਾਲ ਉਹ ਸਟੋਰੀਆਂ ਵੀ ਕਰਾਂਗੇ। ਬਟ ਮੇਰ ਵੀ ਬਹੁਤ ਦੇਖੀ ਆ ਵੀ ਹਰ ਪਾਸਿਓਂ ਕਿਰਪਾ ਵੀ ਬਹੁਤ ਰਹੀ ਆ, ਅਤੇ ਵਧੀਆ ਹੀ ਰਿਹਾ ਜਿਹਦੇ 'ਚ ਦੋਸਤਾਂ ਮਿੱਤਰਾਂ ਦਾ, ਪਰਿਵਾਰ ਦਾ, ਹੋਰ ਤੁਹਾਡੇ ਆਲੇ ਦੁਆਲੇ ਦਾ ਵਧੀਆ ਪੋਜ਼ਿਟਿਵ। ਉਹੀ ਆ ਵੀ ਇੱਕ ਚੰਗਾ ਗੁਣ ਪਰਮਾਤਮਾ ਨੇ ਇੱਕ ਪੋਜ਼ਿਟਿਵਿਟੀ ਦੇ ਦਿੱਤੀ ਆ ਵੀ ਕਦੇ ਕੁਛ ਮਾੜਾ ਜਾਂ ਨੈਗੇਟਿਵ ਦਿਖਦਾ ਹੀ ਨਹੀਂਗਾ ਉਹਨੂੰ, ਆਪਾਂ ਉਹ ਤੋਂ ਕਿਨਾਰਾ ਜਿਹਾ ਕਰਕੇ ਆਪਦੇ ਕੰਮ ਵੱਲ, ਆਪਦੇ ਕੰਮ ਨਾਲ ਕੰਮ, ਆਪਦੇ ਉੱਧਰ ਹੀ ਧਿਆਨ ਰੱਖੀਦਾ। ਗੱਬਰ ਬਾਈ, ਫਿਊਚਰ ਪਲਾਨ ਕੀ ਨੇ, ਵਿਜ਼ਨ ਕੀ ਆ ਹੁਣ ਫਿਊਚਰ ਦਾ, ਕੀ ਸੋਚਦੇ ਹੋ ਕਿ ਕੀ ਕਰਨਾ ਜੋ ਬਾਕੀ ਰਹਿ ਗਿਆ ਪਿੱਛੇ ਜੋ ਨਹੀਂ ਕੀਤਾ, ਕੀ ਸੋਚਦੇ ਹੋ ਫਿਊਚਰ ਵੱਲ ਨੂੰ ਕਿ ਹੁਣ ਕਿਹੜੀਆਂ ਮੱਲਾਂ ਮਾਰਨੀਆਂ ਨੇ? ਵੈਸੇ ਤਾਂ ਵੱਜ ਬਹੁਤ ਚੁੱਕੀਆਂ ਨੇ, ਪਰ ਅਜੇ ਹੋਰ ਵੀ ਵੱਜਣੇ ਬਾਕੀ ਨੇ, ਕੀ ਸੋਚਦੇ ਹੋ ਫਿਰ, ਕੀ ਕਿੱਦਾਂ ਦੇ ਪਲਾਨ ਨੇ, ਕਿੱਦਾਂ ਦਾ ਕੀ ਕੁਛ ਵੱਖਰਾ ਤੁਸੀਂ ਕਰਨ ਦੀ ਸੋਚ ਰਹੇ ਹੋ? ਜਦੋਂ ਬੰਦਾ ਬਹੁਤਾ ਸਮਾਂ ਫਿਲਮ ਲਾਈਨ 'ਚ ਲਾ ਲੈਂਦਾ ਤਾਂ ਮੈਨੂੰ ਲੱਗਦਾ ਉਹਦਾ ਇਹੀ ਹੁੰਦਾ ਵੀ ਯਾਰ ਹੁਣ ਇੱਕ ਫਿਲਮ ਬਣਾਉਣੀ ਹੈ, ਜੇ ਬਣਾਉਣੀ ਹੈ, ਇਹ ਜਿਹੇ ਸੁਪਨੇ ਹੁੰਦੇ ਨੇ, ਤਾਂ ਬਹੁਤ ਜਲਦੀ ਬਸ ਕੁਛ ਨਵੀਆਂ ਚੀਜ਼ਾਂ ਲੈ ਕੇ ਫਿਰ ਹਾਜ਼ਰ ਹੋ ਰਹੇ ਹਾਂ। ਤੁਸੀਂ ਹੁਣੇ ਆਪਾਂ ਗੱਲ ਕਰ ਲਈਏ ਅਨਪੜ੍ਹ ਅੱਖੀਆਂ, ਸਰਤਾਜ ਸਾਹਿਬ ਦੀ ਫਿਲਮ ਦੇ ਨਾਲ ਤੁਸੀਂ ਜੁੜੇ ਹੋ, ਹਾਂਜੀ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੀ ਇਹ ਫਿਲਮ ਇਨ ਫਿਊਚਰ 'ਚ ਸਾਨੂੰ ਦੇਖਣ ਨੂੰ ਮਿਲੂ? ਪਹਿਲੀ ਗੱਲ ਤਾਂ ਸਤਿੰਦਰ ਸਰਤਾਜ ਬਾਈ ਵੀ ਬਹੁਤ ਵਧੀਆ ਬੰਦੇ ਨੇਗੇ, ਕਿਤੇ ਨਾ ਕਿਤੇ ਮਤਲਬ ਯੂਨੀਵਰਸਿਟੀ ਟਾਈਮਾਂ 'ਚ ਇਤਫਾਕ ਸੀਗਾ ਵੀ ਇੱਕੋ ਹੋਸਟਲ 'ਚ, ਕਿਉਂਕਿ ਅਸੀਂ ਥੀਏਟਰ ਕਰ ਰਹੇ ਸੀ, ਬਾਈ ਜੀ ਹੋਰੀ ਮਿਊਜ਼ਿਕ ਤੋਂ ਸੀਗੇ, ਤਾਂ ਸੇਮ ਹੋਸਟਲ ਹੁੰਦਾ ਸੀਗਾ, ਤਾਂ ਉਦੋਂ ਬਾਅਦ 'ਚ ਉਹ ਹੋਸਟਲਾਂ ਤੋਂ ਬਾਅਦ ਮੈਨੂੰ ਲੱਗਦਾ ਹੁਣ ਜਾ ਕੇ ਦੁਬਾਰਾ ਇਕੱਠੇ ਹੋਏ ਹਾਂ। ਅਤੇ ਬਾਈ ਬਹੁਤ ਵਧੀਆ, ਉਹਨਾਂ ਦਾ ਮੈਨੂੰ ਲੱਗਦਾ ਸੀ ਵੀ ਯਾਰ ਹੁਣ ਬਹੁਤ ਵੱਡਾ ਨਾਮ ਨੇ ਆਪਦੇ ਆਪ 'ਚ, ਬਹੁਤ ਵੱਡੇ ਲੈਵਲ 'ਤੇ ਨੇ, ਤਾਂ ਬਟ ਉਹ ਬਹੁਤ ਡਾਊਨ ਟੂ ਅਰਥ ਅਤੇ ਬਹੁਤ ਵਧੀਆ ਪਰਸਨ ਨੇ। ਅਤੇ ਬਾਕੀ ਫਿਲਮ ਵੀ ਬਹੁਤ ਸੋਹਣੀ ਬਣ ਰਹੀ ਆ, ਉਹ ਵਧੀਆ ਸ਼ੂਟ ਹੋ ਰਹੀ ਆ, ਕੰਸੈਪਟ ਵੀ ਵੱਖਰਾ ਅਤੇ ਨਵਾਂ ਜਿਹਾ ਹੈਗਾ, ਅਤੇ ਇਨਸ਼ਾਅੱਲਾ ਪਰਮਾਤਮਾ ਕਰੇ ਬਹੁਤ ਵਧੀਆ ਜਾਵੇ ਰਿਸਪੋਂਸ ਉਹਦਾ ਵੀ। ਤੁਸੀਂ ਆਪਣੇ ਪ੍ਰੋਡਕਸ਼ਨ ਹਾਊਸ ਦਾ ਨਾਮ ਰੱਖਿਆ ਦਾ ਥੀਏਟਰ ਆਰਮੀ, ਇਹਦੇ ਪਿੱਛੇ ਰੀਜ਼ਨ ਕੀ ਆ, ਕਾਰਨ ਕੀ, ਥੀਏਟਰ ਆਰਮੀ ਦਾ ਕੀ, ਕਿਉਂ ਤੁਹਾਡੇ ਮਨ 'ਚ ਆ ਗਿਆ ਨਾਮ ਰੱਖਦੇ ਆ? ਕਿਤੇ ਨਾ ਕਿਤੇ ਕਿ ਕੋਈ ਖੁਦ ਥੀਏਟਰ ਤੋਂ ਸੀ, ਜਿਵੇਂ ਮੈਂ ਦੱਸਿਆ ਸੈਮੂਲ ਜੌਹਨ ਭਾਜੀ ਹੋਰਾਂ ਤੋਂ, ਕੀ ਕਹਿੰਦੇ ਨੇ, ਉਹਨਾਂ ਦੇ ਸ਼ਾਗਿਰਦੀ ਤੋਂ ਬਾਅਦ 'ਚ ਮੈਂ ਐਮ ਏ ਥੀਏਟਰ ਇੱਥੇ ਆਪਣਾ ਇੰਡੀਅਨ ਥੀਏਟਰ ਡਿਪਾਰਟਮੈਂਟ ਤੋਂ ਉਰਦੂ ਦਾ ਵੀ 1 ਸਾਲ ਦਾ ਡਿਪਲੋਮਾ ਕੀਤਾ ਸੀ, ਹੁਣ ਭੁੱਲ ਗਏ ਖੋਰੇ ਅੱਖਰ ਹੋ ਗਏ। ਅਤੇ ਤਾਂ ਥੀਏਟਰ ਤਾਂ ਰਗਾਂ 'ਚ ਹੈ ਹੀ ਗਿਆ ਸੀਗਾ, ਉਸ ਤੋਂ ਬਾਅਦ ਆਰਮੀ, ਤਾਂ ਕਿਉਂਕਿ ਆਰਮੀ 'ਚ ਪੰਕਚੁਐਲਿਟੀ ਹੁੰਦੀ ਆ ਹਰ ਚੀਜ਼ ਦੀ, ਤਾਂ ਪ੍ਰੋਡਕਸ਼ਨ 'ਚ ਵੀ ਕਿਤੇ ਨਾ ਕਿਤੇ, ਚਾਹੇ ਤੁਸੀਂ ਕੁਛ ਨਾਟਕ ਕਰ ਰਹੇ ਹੋ, ਚਾਹੇ ਤੁਸੀਂ ਕੁਛ ਫਿਲਮਾਂ 'ਚ ਕਰ ਰਹੇ ਹੋ, ਤਾਂ ਪੰਕਚੁਐਲਿਟੀ ਜ਼ਰੂਰੀ ਆ। ਤਾਂ ਬਾਕੀ ਇਹ ਸੀਗਾ ਕਿਤੇ ਨਾ ਕਿਤੇ, ਚਲੋ ਇਹ ਲਾਈਨ ਦਾ ਵੀ ਸ਼ੌਂਕ ਸੀਗਾ ਵੀ ਸ਼ੁਰੂ ਤੋਂ ਆਰਮੀ ਵਗੈਰਾ ਮੈਨੂੰ ਵਧੀਆ ਲੱਗਦਾ ਸੀਗਾ, ਵੀ ਮੇ ਬੀ ਜੇ ਸ਼ਾਇਦ ਇਸ ਫੀਲਡ 'ਚੋਂ ਰੱਬ ਨਾ ਇੱਧਰ, ਜਿਵੇਂ ਤੁਸੀਂ ਕਿਹਾ ਸੀ ਵੀ ਜੇ ਕਾਮਯਾਬੀ ਨਾ ਮਿਲਦੀ ਆ ਕੁਛ ਹੋਰ ਹੁੰਦਾ, ਤਾਂ ਛੋਟੇ ਹੁੰਦੇ ਨਾਲ ਨਾਲ ਉੱਧਰਲਾ ਵੀ ਥੋੜ੍ਹਾ ਜਿਹਾ ਸੁਪਨੇ ਹੁੰਦੇ ਸੀਗੇ, ਤਾਂ
ਆਓ ਕਿਤੇ ਉਧਰਲੇ ਇਧਰਲੇ ਸੁਪਨੇ ਇਕੱਠੇ ਹੋ ਕੇ ਦਾ ਥੀਏਟਰ ਆਰਮੀ ਫਿਲਮਸ ਬਣ ਗਈ। ਗੱਬਰ ਭਾਈ ਆਖਰੀ ਸਵਾਲ, ਥੀਏਟਰ ਵਾਲੇ ਬੰਦਿਆਂ ਦੀ ਅਜੇ ਮਤਲਬ ਕਹਿ ਲਓ ਕਿ ਕੁਛ ਹੱਦ ਤੱਕ ਚਲੋ ਵੈਲਿਊ ਪੈਣ ਲੱਗ ਗਈ ਸਿਨੇਮੇ 'ਚ, ਪਰ ਅਜੇ ਵੀ ਥੀਏਟਰ ਐਕਟਰ ਨੂੰ ਲੀਡ 'ਚ ਲੈਣ ਤੋਂ ਪਹਿਲਾਂ ਫਿਲਮ ਮੇਕਰ 100 ਵਾਰ ਸੋਚਦੇ ਨੇ। ਸਿੰਗਰ ਭਾਵੇਂ ਉਹਨੂੰ ਐਕਟਿੰਗ ਆਉਂਦੀ ਹੈ ਚਾਹੇ ਨਹੀਂ ਆਉਂਦੀ, ਪਰ ਉਹ ਲੀਡ 'ਚ ਜਾਊਗਾ ਹੀ ਜਾਊਗਾ। ਥੀਏਟਰ ਐਕਟਰ ਜਿੰਨਾ ਮਰਜ਼ੀ ਡਿਜ਼ਰਵਿੰਗ ਹੋਵੇ ਉਹਨੂੰ ਕਹਿੰਦੇ ਯਾਰ ਤੈਨੂੰ ਪਹਿਲਾਂ ਸਾਈਡ 'ਤੇ ਪਰਖਾਂਗੇ, ਤੂੰ ਅੱਗੇ ਤਾਂ ਬਹੁਤ ਦੂਰ ਦੀ ਗੱਲ। ਕਿਵੇਂ ਦੇਖਦੇ ਹੋ ਵੀ ਯਾਰ ਇਹ ਸਿਨੈਰੀਓ ਕਦੋਂ ਬਦਲੂਗਾ, ਕਿਉਂਕਿ ਤੁਸੀਂ ਥੀਏਟਰ ਤੋਂ ਵੀ ਹੋ, ਪ੍ਰੋਡਿਊਸਰ ਲਾਈਨ 'ਚ ਵੀ ਰਹਿ, ਪ੍ਰੋਡਕਸ਼ਨ ਲਾਈਨ 'ਚ ਵੀ ਰਹਿ ਚੁੱਕੇ ਹੋ, ਕਿਵੇਂ ਦੇਖਦੇ ਹੋ ਕਦੋਂ ਤੱਕ ਅਸਲੀ ਥੀਏਟਰ ਐਕਟਰ ਵੀ ਕਹਿਣਗੇ ਵੀ ਹਾਂ ਤੂੰ ਅੱਛਾ ਐਕਟਰ ਹੈ ਤੈਨੂੰ ਲੀਡ 'ਤੇ ਲੈਣਾ? ਨਹੀਂ ਵੀਰੇ, ਮੈਨੂੰ ਮਤਲਬ ਮੈਂ ਇਸ ਚੀਜ਼ ਨਾਲ ਵਾਕਫੀਅਤ ਨਹੀਂ ਰੱਖਦਾ, ਮੈਂ ਇਸ ਚੀਜ਼ ਨਾਲ ਕਹਿ ਦਿਓ ਸਹਿਮਤ ਨਹੀਂ ਹੈਗਾ, ਕਿਉਂਕਿ 10-12 ਸਾਲ ਇਸ ਫੀਲਡ 'ਚ ਹੋ ਗਏ ਤਾਂ ਇਹ ਵੇਖਿਆ ਅਕਸਰ ਕਈ ਪਟ। ਮੈਂ ਜਿੱਦਾਂ ਪਹਿਲਾਂ ਇੱਕ ਗੱਲ ਕਹਿ ਕੇ ਹਟਿਆ ਸੀ ਵੀ ਐਕਟਰਸ ਕੋਲ ਡੇਟ ਨਹੀਂ ਹੁੰਦੀ, ਐਕਟਰਸ ਸਿੰਗਰਸ ਕਹਿ ਲਓ ਵੀ ਉਹਨਾਂ ਕੋਲ ਡੇਟਸ ਘੱਟ ਹੁੰਦੀਆਂ, ਤਾਂ ਉੱਥੇ ਕਈ ਪ੍ਰੋਡਿਊਸਰ ਇਹੋ ਜਿਹੇ ਵੀ ਨੇ ਜਿਹੜੇ ਨਵੇਂ ਬੰਦਿਆਂ ਨਾਲ ਕੰਮ ਕਰਨਾ ਚਾਹੁੰਦੇ ਨੇਗੇ। ਅਕਸਰ ਮੈਂ ਇੱਕ ਚੀਜ਼ ਕਹਿੰਦਾ, ਥੀਏਟਰ ਆਪਣੀ ਜਗ੍ਹਾ, ਸਿੰਗਿੰਗ ਅਲੱਗ ਜਗ੍ਹਾ। ਸਿੰਗਿੰਗ ਵੀ ਕੋਈ ਛੋਟੀ ਚੀਜ਼ ਨਹੀਂ, ਆਪਾਂ ਇਹ ਗੱਲ ਕਹਿ ਕੇ ਨਾ ਬੜੇ ਈਜ਼ੀਲੀ ਕਹਿ ਦਿੰਦੇ ਹਾਂ ਵੀ ਸਿੰਗਰਸ ਨੂੰ ਲੋਕ ਪ੍ਰਮੋਟ ਕਰਦੇ ਨੇ, ਇੱਕ ਸਿੰਗਰ ਬਣਨਾ ਵੀ ਕੋਈ ਛੋਟੀ ਖੇਡ ਤਾਂ ਹੈ ਨਹੀਂ, ਉਹਨੂੰ ਸਿੱਖਣਾ ਪੈਂਦਾ। ਕਈ ਚਲੋ ਲਾ ਲਓ ਉਹਨਾਂ ਦੀ ਆਵਾਜ਼ ਸੋਹਣੀ ਹੁੰਦੀ ਆ, ਇੰਨਾ ਨਹੀਂ ਵੀ ਸਿੱਖੇ ਹੁੰਦੇ, ਬਟ ਉਹਨਾਂ ਨੇ ਆਪਣੇ ਗਾਣਿਆਂ ਦਾ ਇੱਕ ਲੇਵਲ ਬਣਾ ਬਣਾ ਕੇ ਇੱਕ ਨਾਮ ਕਮਾਇਆ ਹੁੰਦਾ, ਫਿਰ ਪ੍ਰੋਡਿਊਸਰਸ ਉਹਦੇ ਪਿੱਛੇ ਆਉਂਦੇ ਨੇਗੇ। ਥੀਏਟਰ ਵਾਲੇ ਆਪਣੇ ਰਸਤੇ ਤਾਂ ਨਹੀਂ ਆਉਂਦੇ ਨੇ, ਥੀਏਟਰ ਵਾਲੀ ਵਾਟ ਥੋੜ੍ਹੀ ਲੰਬੀ ਆ, ਥੋੜ੍ਹੇ ਪੈਂਡੇ ਔਖੇ ਨੇ ਉਹ ਤੇ, ਬਟ ਇਹ ਅੱਜ ਮੈਂ ਹਰੀਸ਼ ਵਰਮਾ ਮੇਰਾ ਬਹੁਤ ਵਧੀਆ ਦੋਸਤ ਵੀ ਨੇ, ਉਹ ਵੀ ਥੀਏਟਰ ਤੋਂ ਨੇਗੇ, ਹੋਰ ਵੀ ਥੀਏਟਰ ਦੇ ਕਾਫੀ ਪੰਜਾਬੀ ਇੰਡਸਟਰੀ ਚ, ਹਿੰਦੀ ਚ ਥੀਏਟਰ ਥੋੜਾ ਜਿਹਾ ਕਹਿ ਲਓ ਕਿ ਉਭਾਰ ਆਉਣ ਲੱਗਿਆ, ਥੀਏਟਰ ਵਾਲੇ ਬੰਦੇ ਦਿਖਾਈ ਦੇਣ ਲੱਗੇ ਨੇ। ਹਾਂਜੀ ਹਾਂਜੀ। ਤੇ ਫਾਈਨਲੀ ਵੀਰੇ ਹੁਣ ਕੀ ਸੁਨੇਹਾ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਨੂੰ ਐਜ਼ ਅ ਲਾਈਨ ਪ੍ਰੋਡਿਊਸਰ ਕਹਿ ਲਓ ਕਿ ਐਜ਼ ਅ ਡਾਇਰੈਕਟਰ, ਐਜ਼ ਅ ਰਾਈਟਰ, ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਆਪਣੇ ਫੈਨਸ ਨੂੰ? ਤੇ ਗੈਂਗਲੈਂਡ ਬਾਰੇ ਜ਼ਰੂਰ ਦੱਸ ਦਿਓ ਵੀ ਕੀ ਚਾਂਸ ਹੈਗੇ ਆ ਜਾਂ ਕਦੋਂ ਤੱਕ ਕੁਛ ਇਦਾਂ ਦਾ ਜਾਂ ਉਹਦੇ ਨਾਲ ਮਿਲਦਾ ਜੁਲਦਾ ਕੁਛ ਨਵਾਂ ਕਰੋਗੇ ਜਾਂ ਨਹੀਂ ਕਰੋਗੇ? ਬਸ ਜਲਦੀ ਨਵੀਆਂ ਅਨਾਊਂਸਮੈਂਟਾਂ ਵੀ ਕਰਦੇ ਆ ਇਸ ਚੀਜ਼ ਦੀਆਂ ਵੀ, ਤੇ ਇਹ ਸਵਾਲ ਸਾਥੋਂ ਵੀ ਸਾਰੇ ਪੁੱਛਦੇ ਨੇ ਵੀ ਬਾਈ ਅਗਲਾ ਐਪੀਸੋਡ ਕਦੋਂ ਆਊਗਾ, ਤੇ ਅਸੀਂ ਵੀ ਐਕਟਰਸ ਦੀਆਂ ਡੇਟਸ ਲਾ ਲਓ ਜਾਂ ਆਪਦੀਆਂ ਆਪਸੀ ਕੁਛ ਚੀਜ਼ਾਂ ਕਰਕੇ ਲਾ ਲਓ ਵੀ ਅਸੀਂ ਵੀ ਦੇਖ ਰਹੇ ਹਾਂ ਵੀ ਅਗਲਾ ਐਪੀਸੋਡ ਕਦੋਂ ਆਊਗਾ। ਉਮੀਦ ਕਰਦੇ ਹਾਂ ਬਈ, ਬਹੁਤੀ ਵੇਟ ਕਰਾਉਣਾ ਤਾਂ ਨਹੀਂ ਚਾਹੁੰਦੇ, ਕਰਵਾ ਰਹੇ ਹਾਂ ਉਹਦੇ ਲਈ ਮਾਫ਼ੀ ਆ, ਤੇ ਬਾਕੀ ਸੁਨੇਹੇ ਦੇਣ ਜੋਗੇ ਤਾਂ ਪਤਾ ਨਹੀਂ ਅਜੇ ਹੈਗੇ ਆ ਜਾਂ ਨਹੀਂ ਹੈਗੇ ਆ। ਇਹੀ ਆ ਵੀ ਆਪਣੀ ਇੰਡਸਟਰੀ ਮਾਂ ਬੋਲੀ ਦੀ ਸੇਵਾ ਕਰੀਏ ਤੇ ਇੰਡਸਟਰੀ ਨੂੰ ਸਾਫ਼ ਸੁਥਰਾ ਰੱਖੀਏ, ਸਾਫ਼ ਸੁਥਰਾ ਇੱਕ ਵਧੀਆ ਕੰਸੈਪਟ ਲੈ ਕੇ ਆਈਏ, ਜਿੰਨਾ ਆਪਾਂ ਅਸੱਭਿਅਕ ਸ਼ਬਦਾਂ ਤੋਂ, ਸ਼ਬਦਾਵਲੀ ਤੋਂ, ਚੀਜ਼ਾਂ ਤੋਂ ਦੂਰ ਰਹਿ ਕੇ ਚੰਗੀਆਂ ਚੀਜ਼ਾਂ ਵੱਲ ਧਿਆਨ ਦੇ ਦਈਏ। ਕਮਰਸ਼ੀਅਲ ਹੋਣਾ ਬੁਰੀ ਗੱਲ ਨਹੀਂ, ਬਹੁਤੇ ਜ਼ਿਆਦਾ ਕਮਰਸ਼ੀਅਲ ਹੋਣਾ ਵੀ ਬਹੁਤੀ ਵਧੀਆ ਗੱਲ ਨਹੀਂ ਗੀ, ਤੇ ਆਪਣੇ ਵੱਲੋਂ ਅਸੀਂ ਵੀ ਆਪਣੇ ਕੰਮਾਂ 'ਚ ਇਮਾਨਦਾਰੀ ਨਾਲ ਸਾਫ਼ ਸੁਥਰੀਆਂ ਚੀਜ਼ਾਂ ਲੈ ਕੇ ਆਉਣ ਦੀ ਖੇਚਲ ਕਰਾਂਗੇ, ਤੇ ਤੁਸੀਂ ਸਾਰੇ ਵੀ ਇਹੀ ਕੋਸ਼ਿਸ਼ਾਂ ਕਰ ਲਿਓ। ਧੰਨਵਾਦ ਜੀ। ਸੋ ਇਹ ਸੀ ਬਾਈ ਗੱਬਰ ਸੰਗਰੂਰ ਮੇਰੇ ਨਾਲ, ਪੰਜਾਬੀ ਫਿਲਮ ਇੰਡਸਟਰੀ ਦੇ ਉਹਨਾਂ ਇਨਸਾਨਾਂ 'ਚੋਂ ਇੱਕ ਨੇ ਜੋ ਪਰਦੇ ਦੇ ਪਿੱਛੇ ਰਹਿ ਕੇ ਬਹੁਤ ਲੋਕਾਂ ਨੂੰ, ਬਹੁਤ ਐਕਟਰਾਂ ਨੂੰ ਹੀਰੋ ਬਣਾ ਚੁੱਕੇ ਨੇ, ਅਤੇ ਉਹਨਾਂ ਨੂੰ ਕਹਿ ਲਓ ਕਿ ਉਹਨਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਵਿੱਚ ਆਪਣਾ ਯੋਗਦਾਨ ਦੇ ਚੁੱਕੇ ਨੇ, ਅਤੇ ਹੁਣ ਵੀ ਕਹਿ ਲਓ ਕਿ ਰੀਸੈਂਟਲੀ ਅਨਪੜ੍ਹ ਅੱਖੀਆਂ ਸਤਿੰਦਰ ਸਰਤਾਜ ਸਾਹਿਬ ਦੀ ਫਿਲਮ ਚੱਲ ਰਹੀ ਹੈ, ਉਹਦੇ ਨਾਲ ਵੀ ਐਜ਼ ਅ ਕਹਿ ਲਓ ਕਿ ਲਾਈਨ ਪ੍ਰੋਡਿਊਸਰ ਇਹ ਜੁੜੇ ਹੋਏ ਨੇ ਜੀ। ਸੋ ਪ੍ਰੋਡਕਸ਼ਨ ਦੇ ਕੰਮ ਦੇ ਲਈ ਜਾਣੇ ਜਾਂਦੇ ਨੇ, ਅਤੇ ਗੈਂਗਲੈਂਡ ਤਾਂ ਤੁਹਾਨੂੰ ਪਤਾ ਹੀ, ਉਹਦੇ ਵਿੱਚ ਬੱਲੇ ਬੱਲੇ ਕਰਾਈ ਹੈ, ਅਤੇ ਉਮੀਦ ਆ ਜਲਦੀ ਇਹ ਕੁਛ ਉਹਦੇ ਨਾਲ ਜੁੜੀ ਹੋਈ ਨਵੀਂ ਅਨਾਊਂਸਮੈਂਟ ਕਰਨਗੇ, ਜਿਹਦਾ ਸਾਰਿਆਂ ਨੂੰ ਇੰਤਜ਼ਾਰ ਆ। ਸੋ ਗੱਬਰ ਸੰਗਰੂਰ ਬਾਈ ਦੇ ਨਾਲ ਗੱਲਾਂ ਕਰਕੇ ਬੜਾ ਸੋਹਣਾ ਲੱਗਿਆ, ਵਧੀਆ ਲੱਗਿਆ। ਸੋ ਨੈਕਸਟ ਟਾਈਮ ਫਿਰ ਜਦੋਂ ਇਹ ਕੁਛ ਨਵੇਂ ਪ੍ਰੋਜੈਕਟ ਕਹਿ ਲਓ ਕਿ ਸਾਡੇ ਲਈ ਹਾਜ਼ਰ ਕਰਨਗੇ ਜਾਂ ਅਨਾਊਂਸ ਕਰਨਗੇ, ਫਿਰ ਆਪਾਂ ਇਹਨਾਂ ਨਾਲ ਹਾਜ਼ਰ ਹੋਵਾਂਗੇ, ਤੁਹਾਡੇ ਲਈ ਕੁਝ ਨਾ ਕੁਝ ਨਵਾਂ ਡਿਫਰੈਂਟ ਲੈ ਕੇ ਆਵਾਂਗੇ। ਸੋ ਫਿਲਹਾਲ ਇੰਨਾ ਹੀ ਜੀ, ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ।